لاؤ راجہ مرتضیٰ صاحب چودھری مدر جماعتی صاحب یاد کریں جناب جی یوکے تو سپیشل تشریف فرمان جی ثقافت نے جناب چودھری امتیاز صاحب انتظامیہ بلاؤ تمام شاکین اقدارے شاکین نحمد و نسلی مولا رسول کریم اما بعد فوج باللہ من الشیطان الرجیم بسم اللہ الرحمن الرحیم آج دا سالانہ وریام بازو گیری دا مقابلہ سرد مہینے کلیار میرپر آزاد کشمیر اتے وچ جتنے بھی شائقین نے میلا آئے موجود مہمان آئے کھلاڑی صاحبان آئے انہاں دے نال جتنے بھی سنگی ساتھی آئے تمام نو سد بسم اللہ جیاں نو ویلکم کرنے اسام صدیق جی پہلوان صدیق صاحب حاجی افتخار صاحب اور دیگر انہوں نے ساتھی جناب ویلکم جی ہیں جی جی ماشاءاللہ جی سات بسم اللہ جی ہاں ویلکم جی چک سواری آزاد کشمیر دو سارے پہلوان اپنے تمام سمیاں ساتھیاں دے نال میرے پنڈا دے نال فرما سات بسم اللہ جی ہاں ویلکم اور دیگر انہوں نے ساتھی مدر صاحب دینا ٹیم جی جمار پہلوان رست میں پاکستان زمیر پاک صاحب اپنے پورے آزاد نات گراؤنڈ نہ چکر لارن جی رست میں پاکستان بابا جائم صاحب چودھری خان زمان صاحب آو کھوکا شریف چودھری مدر صاحب بڑی مہربانی بڑا شکریہ جی ماشاءاللہ جی سرد مہینے کلیال میں ماسٹر سلمان صاحب کی ویلکم کرنے ہیں اور برائے مہربانی کر کے جڑی ٹیم پھیرا ماری جی وہ جگہ دیو باقی نے جڑیا کی عمر صاحب بھائی لیا سدیپ صاحب اپنی ٹیم کی باہر کٹو کیونکہ لہذا یہ جڑا کافی انتظار لگنے کر لیو Thank you.
ਦੀ ਸਾਹਮਣੇ ਦੀ ਬੜੀ ਮਿਹਰਬਾਨੀ। ਹੁਣ ਰਸੀ ਤੋਂ ਬਾਹਰ ਲੈ ਜਾਓ, ਸਿਰਫ ਜੱਜ ਔਰ ਰੈਫਰੀ ਰੇਡ ਵਿੱਚ ਔਰ ਚੱਤੇ ਇੰਤਜ਼ਾਮੀ ਸਭਾ ਲੈ ਜਾਓ। ਮੈਂ ਥੱਕੀ ਗਿਆ। ਬੜਾ ਸ਼ੁਕਰੀਆ ਜੀ ਚੌਧਰੀ ਆਦੀਪ ਅਗਰਵਾਲ ਸਾਹਿਬ, ਸਿਪਾ ਸਰਦਾਰ, ਜੰਗ ਯੂਨੀਅਨ ਜਨਾਬ ਖਾੜੇ। ਲਓ ਜੀ ਜਨਾਬ, ਇੱਕ ਐਲਾਨ ਸੁਣੋ ਜੀ। ਕੁਰਦਾਰ ਜੀ ਇਫਜ਼ਾਲ ਉਰਫ ਜਾਲਾ ਜੀ ਜਰਾਈ ਪੁਜਰਾਤ 100 ਪਾਉਂਡ ਕਮੇਟੀ ਕੀ ਜਨਾਬ ਅਲੀ ਉਹਨਾਂ ਜਮ੍ਹਾਂ ਕਰਾਇਆ ਆਪ ਪਾਸੇ ਸਾਜ ਸਾਹਿਬ ਕੇ ਲਓ ਜੀ ਤਾਂ ਕਮੇਟੀ ਵਾਸਤਾ ਹੈ ਇੰਤਜ਼ਾਮੀਆ ਵਾਸਤਾ 100 ਪਾਉਂਡ ਇਫਜ਼ਾਲ ਉਰਫ ਜਾਲਾ ਜਰਾਈ ਜੀ ਬੜਾ ਸ਼ੁਕਰੀਆ ਅਦਾ ਕਰ ਰਹੀ ਹਾਂ ਸਾਹਿਬ। ਬੜੀ ਮਿਹਰਬਾਨੀ ਹੈ ਚੌਧਰੀ ਤਾਸਿਫ ਸਾਹਿਬ। ਫੋਟੋ ਇਹ ਫੋਟੋ ਵਾਲਾ ਬਾਹਰ ਨਿਕਲੋ ਜਿਹੜਾ ਜੀ ਬੜੀ ਮਿਹਰਬਾਨੀ। ਚੌਧਰੀ ਬਨਾਰਸ ਨਾਲ ਬੇਟਾ ਚੌਧਰੀ ਰਹੀਮ ਨਾਲ 100 ਪਾਉਂਡ ਜਗ੍ਹਾ ਫੋਰਸ ਗਰੁੱਪ ਵਾਸਤੇ ਦਾਮਨ ਕੀਤਾ। ਬੜੀ ਮਿਹਰਬਾਨੀ ਜੀ ਰਹੀਮ ਸਾਹਿਬ, ਬੜਾ ਸ਼ੁਕਰੀਆ ਜੀ। ਇਹਨਾਂ ਦੇ ਦਾਦਾ ਮੋਹਤਰਮ ਜਨਾਬ ਲੋਹਾ ਮੁਹੰਮਦ ਸਦੀਕ ਸਾਹਿਬ ਸਪੈਸ਼ਲ ਤਾਮਨ ਵਾਸਤੇ ਆਏ ਜਨਾਬ, ਬੜੀ ਮਿਹਰਬਾਨੀ ਜੀ। ਨਵਾਬ ਸਾਹਿਬ 100 ਪਾਉਂਡ ਦਾ ਤਾਮਨ ਕੀਤਾ ਜੀ। ਖੁਰਮ ਸਾਹਿਬ ਮੇਰੀ ਤੁਸੀਂ ਲਿਖ ਲਿਆ ਜੀ ਖੁਰਮ ਸਾਹਿਬ। ਚੌਧਰੀ ਸਾਹਿਬ ਨੇ ਇਮਰਾਨ ਜਨਾਬ ਜ਼ਿੰਦਾਬਾਦ ਜੀ ਅਸਰ ਜ਼ਿੰਦਾਬਾਦ ਲਗਾ ਜੀ ਕੰਗਾ ਹਾਏ 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 ਤਾੜੀਆਂ ਜੀ ਜ਼ੋਰਦਾਰ ਤਾੜੀਆਂ ਜੀ। ਅੱਜ ਦੇ ਗੇਟ ਤੇ ਸਪੈਸ਼ਲ ਚੀਫ ਗੈਸਟ ਕਰ ਰਹੇ ਸਰਕਾਰ ਦੇ ਜਨਾਬ ਮੇਜਰ ਚੌਧਰੀ ਤਾਰ ਮਕਸੂਦ ਸਾਹਿਬ, ਚੌਧਰੀ ਮਕਸੂਦ ਅਮਨਤਾਰ ਸਾਹਿਬ, ਚੌਧਰੀ ਮੁਹੰਮਦ ਸਲਮਾਨ ਖਾਨ ਸਾਹਿਬ, ਸਦਰ ਮੁਸਲ ਅਬਲੇ ਗਰੋਂ ਚੌਧਰੀ ਵਿਸ਼ਾਲ ਸਾਹਿਬ, ਚੇਅਰਮੈਨ ਚੌਧਰੀ ਜਗਵਿੰਦਰ ਕੁਮਾਰ ਸਹੀ ਸਾਹਿਬ, ਰਾਜਾ ਸ਼ਾਹ ਸਮੰਦਰ ਖਾਨ ਚੌਧਰੀ ਡਮਾਲ ਚੱਕ ਸਵਾਰੀ ਹਾਲ ਯੂਕੇ ਰਾਜਾ ਸਾਹਿਬ, ਰਾਜਾ ਮੁਖਤਾ ਸਾਹਿਬ ਮੌਜੂਦ ਮਹਿਮਾਨ ਤਸ਼ਰੀਫ ਲੈ ਚੱਲ ਸਾਹਿਬ ਕੁਰਸੀਆਂ ਦਾ ਇੰਤਜ਼ਾਮ ਕਰੋ ਜੀ। ਬੜੀ ਮਿਹਰਬਾਨੀ ਜੀ ਚੌਧਰੀ ਜੀ ਮੁਖਤਾਰ ਅਹਿਮਦ ਸਾਹਿਬ, ਹਾਜੀ ਖਾਲਿਕ ਸਾਹਿਬ, ਸਦਰ ਬਸ਼ੀਰ ਸਾਹਿਬ, ਗੁਰਮ ਸਾਹਿਬ, ਚੌਧਰੀ ਸਰਾਜ ਸਾਹਿਬ ਜਨਾਬ, ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਜੀ ਅਦਾ ਕਰੀ ਕਿਆ ਸਰ। ਚੌਧਰੀ ਜ਼ੁਲਫਕਾਰ ਜੱਫੋ ਸਾਹਿਬ ਜਨਾਬ ਤਸ਼ਰੀਫ ਫਰਮਾ ਜੀ, ਬੜੀ ਮਿਹਰਬਾਨੀ ਜੀ। ਚੌਧਰੀ ਜ਼ੁਲਫਕਾਰ ਜੱਫੋ ਬੜੇ ਮਾਇਨਾਜ਼ ਪਲੇਅਰ ਜੀ ਜੀ ਕੁਰਸੀਆਂ ਜੀ ਕੁਰਸੀਆਂ ਚੌਧਰੀ ਅਬੀਬ ਸਾਹਿਬ ਇਹ ਕੁਰਸੀਆਂ ਪਿੱਛੇ ਜਨਾਬ ਔਰ ਕੁਰਸੀਆਂ ਲਈ ਚਾਬੀ ਇਹਨਾਂ ਲੱਗ ਲੱਗੀਆਂ ਮਿਹਰਬਾਨੀ ਕਰੋ ਆ ਜੀ ਆ ਜੀ ਕੁਰਸੀਆਂ ਮਕਾਮੀ ਕਿਆਦਤ ਜਨਾਬ ਬੈਠ ਜਾਏ ਤੇ ਸੁਬਾਹ ਜਨਾਬ ਖਾਣਾ ਸ਼ੁਰੂ ਕਰੋ ਜੀ। ਬੜੀ ਮਿਹਰਬਾਨੀ ਜੀ ਚੌਧਰੀ ਮੁਖਤਾਰ ਅਹਿਮਦ ਸਾਹਿਬ, ਸਿਆਸੀ ਵਾ ਸਮਾਜੀ ਰਗਵਾਦ ਨਾਲ ਚੇਅਰਮੈਨ ਨੂਰ ਅਹਿਮਦ ਸਾਹਿਬ, ਚੌਧਰੀ ਅਲੀ ਅਸਗਰ ਸਾਹਿਬ, ਚੇਅਰਮੈਨ ਅਲੀ ਅਸਗਰ ਸਾਹਿਬ, ਲਾਰਡ ਅਗਰੇਬ ਸਾਹਿਬ, ਲਾਰਡ ਮੁਹੰਮਦ ਸਦੀਕ ਸਾਹਿਬ, ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਜੀ। ਚੌਧਰੀ ਜੀਵਨ ਸਾਹਿਬ ਜਨਾਬ 10,000 ਰੁਪਇਆ ਭੇਜਿਆ ਜੀ। ਅਫਜ਼ਾਲ ਜਾਲਾ ਜਨਾਬ 100 ਪਾਉਂਡ, ਰਹੀਮ ਸਾਹਿਬ ਖਾੜਕ ਨਾਲ ਲੋਹਾ ਮੁਹੰਮਦ ਸਦੀਕ ਦੇ ਪੋਤਾ ਠੀਕ ਹੈ ਜੀ 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 ਅਸਦ ਜੀ ਅਸਦ ਮਹਿਤਾ ਜਾਗੀਰ ਜ਼ੀਸ਼ਾਨ ਹਾਜੀ ਅਸਗਰ ਸਾਹਿਬ ਦਾ ਬੇਟਾ ਅਸਗਰ ਪਹਿਲਵਾਨ ਜਨਾਬ ਲਖਤੇ ਜਿਗਰ ਇਹਨਾਂ ਦੇ ਨਾਲ ਜਨਾਬ ਜ਼ੀਸ਼ਾਨ ਮਹਿਤਾ ਕੋਟੀ ਜੀ ਟੰਗੇ ਤੇ ਅਸਦ ਅਸਗਰ ਜੀ ਚੜਾਨ ਤੇ ਜ਼ੀਸ਼ਾਨ ਜੀ ਪਹਿਲਾ ਰਾਉਂਡ ਜੀ ਇਹਨਾਂ ਦੇ ਨਾਲ ਨਾਲ ਚੌਧਰੀ ਆਵਾਜ਼ ਸਬਰੂਰ ਪਹਿਲਾ ਰਾਉਂਡ ਜੀ ਬੜੀ ਮਿਹਰਬਾਨੀ ਤਸ਼ਰੀਫ ਆਵਰੀ ਨੇ ਜਨਾਬ ਲਾਲਾ ਮੁਦਰੀ ਸਾਹਿਬ ਔਰ ਚੌਧਰੀ ਸੁਲੇਮਾਨ ਸਾਹਿਬ ਚੌਧਰੀ ਗੁਲਾਮ ਰਸੂਲ ਸਾਹਿਬ ਠੀਕ ਰਿਹਾ ਲੱਗਾ ਜੀ ਕੰਗਾ ਜੀ ਅਸਦ ਜੀ ਤਵੱਜੋ ਨੰਬਰ ਜੀ ਕੰਗੇ ਦਾ ਅਸਦ ਛੜਾਕ ਦਾ ਜੀ ਛਾਂ ਪਹਿਲਾ ਰਾਉਂਡ ਜੀ ਅੰਪਾਇਰ ਜਨਾਬ ਰਾਜਾ ਜਮਸ਼ੇਦ ਸਾਹਿਬ ਸੈਯਦ ਫਿਦਾ ਹੁਸੈਨ ਸ਼ਾਹ ਸਾਹਿਬ ਜਰਾਈ ਜੀ ਠੀਕ ਜੀ ਮਾਸ਼ਾਅੱਲਾ ਜੀ ਸ਼ਾਇਕੀ ਨੇ ਮੇਲਾ ਪਹਿਲਾ ਮੁਕਾਬਲਾ ਜ਼ਿੰਦਾਬਾਦ ਜੀ ਕੀ ਬਾਤ ਹੈ ਬਾਈ ਜੀ ਸ਼ਾਨ ਮਹਿਤਾ ਕੋਟਲੀ ਜ਼ਿੰਦਾਬਾਦ ਚੌਧਰੀ ਜਨੇਤ ਸਾਹਿਬ ਹਾਂ ਜੀ ਸ਼ਾਨ ਮਹਿਤਾ ਜੀ ਅਵੈਸੀ ਅਵੈਸ ਸਮਰੋੜ ਜੀ ਜਨੇਤ ਜਾਵੇਦ ਨੱਕਾ ਅਵੈਸ ਸਮਰੋੜ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ
भाई इंतजामिया कमेटी बाख्तियार है जी, कमेटी मामले 100 पाउंड दी जनाब चौधरी नवाब साहब रही साहब खाने को तरफा भी कमेटी मामले 100 पाउंड दी ताड़िया मारो एक बार मेहमान जोरदार ताड़िया जितने भी जलेबी पकौड़े चाह पानी जितनी है मुफ्त है जगह फोर्स ग्रुप की तरफ कोई बंदा किसी की पैसे नहीं दी ताली मार शो जी जगह फोर्स ना दे जी हौसला फजाई दे बेहद शुक्रगुजार और जनाब चौधरी जीवन साहब आज इंतजामिया कमेटी मुबले 10,000 रुपया और 1,000 रुपया मैं बतौर अनाउंसर और जनाब हाजी बनारस जर साहब और जनाब बरादरी की मेरे हर पंडाल जिले फरमा जनाब चौधरी फैसल जर साहब दोनों बरावा की तरफ मुबले 30,000 रुपया इनाम दी और जनाब इफजाल उपजला साहब जनाई 100 पाउंड इंतजामिया कमेटी नाल चौधरी नवाब खाड़क मीर पर आजाद कश्मीर 100 पाउंड जी 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 ठीक है जी भाई चौधरी महमूद साहब सदरे अजमेर ताजना जनाब मियां मोहम्मद टाउन जनाब बड़ी मेहरबानी स्टेज तशरीफ लाओ जी चौधरी महमूद साहब आप पोठी बड़ी मेहरबानी बड़ा शुक्रिया जी ठेकेदार चौधरी महमूद साहब है सन शायकी ने मेला मजीद साहब आप करिया जी बड़ी मेहरबानी बड़ी नवाज पहलवान अदर पट्टी साहब अपनी ग्राउंड तुसने सामने शानीपाल साहब मीरपुर वाले जनाब ग्राउंड ना चक्कर ला रहे हैं अभियान कुरैशी नाट जी जेड़ा बंदा नीपा पंगना वो दसी जी आ गया जी नासर टैगर जी ताली मार छो जी नासर नाट जी जिंदाबाद जी इंग्लैंड तो लैके पाकिस्तान तक ग्राउंडा की जीनत जनाब नासर हर उम्र ने पहलवान नाल जनाब ये मुकाबला कर दें जी यासर नासर अफला बलोडी बड़ी मेहरबानी जी बड़ा शुक्रिया जी ए पहलवान अतीक साहब ने शागिर जनाब उमर बल्ला बलोडी और नासर जी नाजम जिंदाबाद जी जिंदाबाद नासर जी ठीक है जासर में मिला शानी पाठ साहब इंतजार कर रहे हैं जी अभियान कुरैशी लगा जी गंगा जी जिंदाबाद लगा जी गंगा जाकर कोटली गंगे ते जाकर कोटली जाकर खोए रखते अल्लाह जी गंगे पे अगर तभी जोश पे जोरदार ताड़िया मैं पुत्र देश पंजाब का मेरी धरती मेरा मान मैं खेड कबड्डी जान भी तो सोता बड़ी मैदान भी सब गबरू शेर जान दे जब उत्तर दे वित मैदान दे फिर सुना ए जवाइदा जब गद्दे शेर जवान मैं पुत्र देश पंजाब का मेरी धरती मेरा मान चढ़ती गुरतू जी 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 दो बराबर जी जाकर ते यासर मुख्तार दोए रेफरी ने फैसला का बराबर जी ताड़िया मारे एक दफा जोरदार ताड़िया ए दो बराबर है ना 20,000 रुपया यासर जी 20,000 रुपया जाकर की 40,000 पूरा जी ट्रॉफी दो गड़ी लबनी क्योंकि दो बराबर है क्या बोली कोई बच्चे बजा डाला कोई परमाणु बराबर दो आवासी ताड़ियां मार छोड़ सकते जिंदाबाद आई ਬਲੋੜੀ ਜੀ ਸੈਯਦ ਫਿਦਾਉ ਸਾਹਿਬ ਸ਼ਾਹ ਸਾਹਿਬ ਦੇ ਰਾਜ ਜਿਮ ਚਾਹ ਸਾਹਿਬ ਆ ਬੈਰ ਜੀ ਨੇ ਮੌਜੂਦ ਕੀ ਜਨਾਬ ਇਹਨਾਂ ਨੇ ਥੋੜੀ ਦੇਰ ਤੋਂ ਬਾਅਦ 50 ਸਵਾਈ ਆਉਣ ਲੱਗੀ ਹੈ ਜੀ ਨਾਸਰ ਜੀ ਨੇ ਮੇਲਾ ਮੁਕਾਬਲਾ ਚੌਧਰੀ ਨਾਸਰ ਬੱਲਾ ਬਲੋੜੀ ਔਰ ਮੁਕਾਬਲੇ ਤੇ ਚੌਧਰੀ ਨੇਮ ਲੱਕੇ ਦੇ ਰਹਿਣ ਵਾਲਾ ਅੱਲਾ ਹਮੀ ਨਾਸਰ ਯਾ ਮਾਲਕਾ ਕਾਰ ਕਰਮ ਜੀ ਬਾਬਾ ਸਾਹਿਬ ਨਾਮ
गुजारिश करने दो बनेरा गया कि एक राउंड मुकम्मल करो जी। अमेर मैरी जिन्हें बैठे जी, अमेर मैरी पहलवान सिकंदर कोटली सरसावा चकसवारी जी चौधरी रियासत साहब का शागिर्द खास पहला राउंड जीतेंगे तो नासर टैग है भल्ला पंडोली ने रहने वाला जिला जेना पहला राउंड जी भाई चौथे नंबर कसा जी राउंड है लंका जी गंगा जी बड़ी मेहरबानी बड़ा शुक्रिया जी साढ़े ग्रां की मौजूद शख्सियत जिंदाबाद जी जिंदाबाद भैया बैद शानी बाढ़ जिंदाबाद अल्लाह हमिया नासिर या मालिका कर करम माशाल्लाह जिंदाबाद क्या बात है जी क्या बात है। पहला राउंड जी जी शानी बात छड़ाते हैं कंगे ते अमदार कलेशी बड़ा सियाना प्लेयर जी नाल ना आए जिंदाबाद शानी बाटर बाटवा क्या बात है बाटवा से जोरदार तेरी ये भी जोरदार है अमेर मैरी के सिकंदर एक राउंड मुकम्मल कर जी जी लाओ जी अमेर मैरी बार मुकाबला सिकंदर जी इन्हें तय फेंडर जी फालतू कुर्सियों पीछे लाओ जी फालतू कुर्सियों पीछे लाओ जी बंदे ज्यादा हो लगे लाओ जी कर क्या बात है बहुत अच्छे जिंदाबाद माशाल्लाह जी माशाल्लाह क्या बात है दोनों बंदे मेहरबानी कर सो जी एक राउंड मुकम्मल करके तैयारी करके आ जाओ जी राजा वसीम समुद्र साहब तो मरबल्ला पंडोड़ी रेडी हो जाओ जी 15 मिनट तो बाद 15 मिनट टाइम है जी राजा वसीम समुद्र साहब और चौधरी उमर साहब जी ठीक है चौधरी इमरान साहब चौधरी इमरान असगर साहब लाख तक हैं जी बड़ी मेहरबानी बड़ा शुक्रिया जी चौधरी इमरान असगर साहब जी जनरल फरमान तवज्जो माशाल्लाह जी जी जगह खड़ खोश नहीं तो खुश जनाब अगर ये माहौल पसंद है मेहमाना दोस्तों भरावान ताली माशा जी जगह खोश देना जी जिंदाबाद जी बाबा मुर्तजा साहब भाई बिचारे का प्रोग्राम की बाजू की ना मेहरबानी करो अनाज अनाज करो जनाब हमजा कुरैशी जी हमजा कुरैशी कोट मिट्टी का कराना तो लगे जी और जनाब असमें 75% जनाब विनर 5% हारन दे जी कमेटी फैसला कर सी जी 75% विनर 5% हारन वाले बंदे की इनाम दिता जा सी।
ਮੈਂ ਬੰਦੇ ਚਾਰ ਪੰਜ ਆ ਗਏ ਜੀ, ਮੈਂ ਫਾਲਤੂ ਬੰਦੇ ਬਾਹਰ ਕੱਢਣ ਜੀ ਜੀ ਅਮਰ ਸਾਹਿਬ ਅਖਤਿਆਰ ਸੀ ਜੀ ਠੀਕ ਹੈ ਜੀ ਬੰਦ ਕਰੋ ਜੀ ਬੜਾ ਅੱਛਾ ਮੁਕਾਬਲਾ ਜੀ ਬੜਾ ਅੱਛਾ ਮੁਕਾਬਲਾ ਜੀ ਕੰਗੇ ਤੇ ਅਸਨੈਨ ਆਬਾਦ ਚਲਾਮ ਕਮਜ਼ਾ ਹੋਏ ਹਾਏ 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 ਅਗਰ ਤਬੀਅਤ ਖੁਸ਼ ਹੈ ਪਹਿਲਵਾਨ ਵਾਸਤੇ ਜ਼ੋਰਦਾਰ ਤਾੜੀਆਂ ਦੀ ਜ਼ੋਰਦਾਰ ਜੀ ਚੌਧਰੀ ਕਾਸਿਮ ਸਾਹਿਬ ਬਿਸਮਿਲਲਾ ਜਲਾ ਸਾਹਿਬ ਆਈ 100 ਪੌਂਡ ਔਰ ਜਨਾਬ ਚੌਧਰੀ ਨਵਾਬ ਖਾਲਕ ਮੇਰ ਪਰ ਅਦਾਲ ਕਸ਼ਮੀਰ ਦੇ ਤਰਫੋਂ 100 ਪੌਂਡ ਨਾਸਰ ਟੈਗਰ ਜੀ ਦੂਸਰਾ ਰਾਊਂਡ ਜੀ ਦੂਸਰਾ ਰਾਊਂਡ ਇਨਾਮ 1 ਲੱਖ ਰੁਪਿਆ ਜੀ 1 ਲੱਖ ਹਾਏ 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 ਜੀ ਠੀਕ ਹੈ ਜੀ ਜੀ ਇੰਤਜ਼ਾਮੀਆ ਕਮੇਟੀ ਜਨਾਬ ਚੌਧਰੀ ਅਮਰ ਸਾਹਿਬ ਕੁਰਸੀਆਂ ਦਾ ਬਦਲਾਸ ਕਰਨ ਜੀ ਕੋਈ ਬੱਚੇ ਬੈਠੇ 3-4 ਕੁਰਸੀਆਂ ਲੈ ਆਓ ਜੀ ਬੱਚਿਆਂ ਨੂੰ ਲੈ ਆਓ ਜਨਾਬ ਮਹਿਮਾਨ ਆਏ ਜਨਾਬ ਉਹਨਾਂ ਵਾਸਤੇ ਕੁਰਸੀਆਂ ਚਾਹੀਦੀਆਂ ਜੀ ਰਹਿਮਾਨ ਨੌਮੀ ਸਾਹਿਬ ਚੌਧਰੀ ਤਾਸਿਫ ਸਾਹਿਬ ਗਰਿਆਲ ਅਗਰ ਮੇਰੀ ਆਵਾਜ਼ ਸੁਣ ਰਹੇ ਹੋ 4-5 ਕੁਰਸੀਆਂ ਦਾ ਬਦਲਾਸ ਕਰੋ ਜੀ ਲਓ ਜੀ ਕੰਗੇ ਤੇ ਐਸਾ ਮਾਸ਼ਾਅੱਲਾ ਜੀ ਜ਼ੀਸ਼ਾਨ ਮਹਿਤਾ ਚੜਾਂਟਾ ਜੀ ਇਸ ਤੋਂ ਬਾਅਦ ਪਾਕਿਸਤਾਨ ਇੰਟਰਨੈਸ਼ਨਲ ਬੈਲਟ ਹੈ ਮਿਡਲ ਵੇਟ ਨਾ ਨੈਸ਼ਨਲ ਇੰਟਰਨੈਸ਼ਨਲ ਸਿਕੰਦਰ ਚੌਧਰੀ ਰਿਆਸਤ ਦੂਸਰਾ ਰਾਮ ਜੀ ਲਾਈਫ ਤੱਕ ਰਹਿਣੀ ਨਾਲ ਚਾਹੁੰਦੀ ਹਾਂ ਰਾਣੀ ਵਜੋਂ ਜੀ ਨਾਜ਼ਮ ਸਾਹਿਬ ਬਿਲਕੁਲ ਜਨਾਬ ਗਰਾਊਂਡ ਦੀ ਟੀਮ ਨਜ਼ਦੀਕ ਆ ਜੀ ਨਾਜ਼ਮ ਸਾਹਿਬ ਜੀ ਤਾਸਮ ਵਿੱਚ ਹੈ ਜੀ ਮਾਂ ਸਿੱਧੀ ਪਕੜਾਓ ਜੀ ਹਾਏ 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 ਕਿਆ ਹੀ ਬਾਤ ਆ ਰਹੀ ਸਿਕੰਦਰ ਚੰਗੇ ਤੇ ਛੜਾਣ ਤੇ ਅਮੈਰ ਮੈਰੀ ਸਿੱਧਾ ਕਰ ਸੋਈ ਤੇਰੇ ਰੈਫਰੀ ਦੂਸਰਾ ਰਾਉਂਡ ਥੋੜਾ ਫਿਰ ਤੁਰ ਕੇ ਰੈਫਰੀ ਦੂਸਰਾ ਰਾਉਂਡ ਖਾਲ ਖਲੋਗੇ ਜੀ ਭਾਈ ਜਮਸ਼ਾਦ ਫਿਰ ਤੋਂ ਰੈਫਰੀ ਅਜ਼ਰਾਜ ਵੀ ਤੁਰਿਆ ਕਰੋ ਮਾਸ਼ਕੀ ਦਾ ਰਾਤ ਫਿਰ ਕੁੱਟ ਕੇ ਪਾਣੀ ਪਿਲਾਓ ਜੀ ਲਓ ਜੀ ਕਾਮਯਾਬ ਹੋਇਆ ਮੇਰੇ ਜੀ ਬੈਠ ਜਾਓ ਜੀ ਬੈਠ ਜਾਓ ਜੀ ਨਾਜ਼ਮ ਸਾਹਿਬ ਬੜਲਾ ਬਲੋੜੀ ਜੀ ਦੋਏ ਪਲੇਅਰ ਮੌਜੂਦ ਜੀ ਬੜਾ ਅੱਛਾ ਜੋੜ ਬੜਾ ਅੱਛਾ ਸਿਲਸਿਲਾ ਇਨਸ਼ਾਅੱਲਾ ਕਾਂਟੇਦਾਰ ਮੁਕਾਬਲਾ ਹੋ ਸੀ ਜੀ ਖੁਸ਼ੀ ਇਮਰਾਨ ਜਨਾਬ ਜੀ ਆਉਣ ਨੂੰ ਆਖਰੇ ਜੀ ਤੁਸੀਂ ਦੀ ਅਜ਼ਮਤ ਸਾਡੇ ਸਰ ਮੱਥੇ ਦੇ ਜੀ ਬੜੀ ਮਿਹਰਬਾਨੀ ਇਹਨੇ ਬਾਰ ਵਕਤ ਤਸ਼ਰੀਫ ਫਰਮਾਓ ਜੀ ਪਹਿਲਾ ਰਾਉਂਡ ਜੀ ਸਾਡੇ ਮੌਜੂਦ ਮਹਿਮਾਨ ਜਨਾਬ ਚੌਧਰੀ ਖਾਨ ਜ਼ਮਾਨ ਸਾਹਿਬ ਅਖੂਕਾ ਸ਼ਰੀਫ ਚੌਧਰੀ ਮਦਰ ਸਾਹਿਬ ਨਾਜ਼ਮ ਆਲਾ ਅਖੂਕਾ ਸ਼ਰੀਫ ਪਹਿਲਵਾਨ ਅਤੀਕ ਸਾਹਿਬ ਰੁਸਤਮ ਜ਼ਮਾਨ ਜ਼ਮੀਰ ਬਾਟ ਸਾਹਿਬ ਰੁਸਤਮ ਪਾਕਿਸਤਾਨ ਔਰ ਜਨਾਬ ਠੇਕੇਦਾਰ ਚੌਧਰੀ ਆਤਮ ਸਿੰਘ ਰਾਜਾ ਵਸੀਮ ਸਮੁੰਦਰ ਦਾ ਸ਼ਾਗਿਰ ਔਰ ਚਰਾਨ ਤੇ ਨਾਜ਼ਮ ਅਹਿਮਦਾਬਾਦ ਸਾਹਿਬ ਇਹਨਾਂ ਜਨਾਬ ਚੱਗਾ ਫੋਰਸ ਗਰੁੱਪ ਨਾਲ ਜਨਾਬ 1 ਲੱਖ ਰੁਪਿਆ ਜਨਾਬ ਦਾਨ ਕੀਤਾ ਹੌਸਲਾ ਅਫਜ਼ਾਈ ਜੀ ਬੜਾ ਸ਼ੁਕਰੀਆ ਜੀ ਮਾਲਕਾਬਾਦ ਸਾਹਿਬ ਹਰ ਜਗ੍ਹਾ ਤੇ ਹਰ ਮੁਕਾਮ ਤੇ ਜਨਾਬ ਬਾਜ਼ੂਗੀਰੀ ਨੇ ਵਾਲਣਾ ਜਨਾਬ ਬੜਾ ਦਾਨ ਕਰਦੇ ਨੇ ਔਰ ਮੈਨ ਆਫ ਦੀ ਮੈਚ ਮੈਂ ਟਰਾਫੀ ਭੇਜੀ ਹੈ ਜੀ ਤਾਲੀ ਮਾਰ ਕੇ ਜੀ ਚੌਂ ਚੁਕਰ ਦੂ ਜੀ ਮਾਲਕਾਬਾਦ ਸੋ ਸਾਹਿਬ ਵਾਸਤੇ ਤਾਲੀ ਮਾਰ ਕੇ ਇਸਤਕਬਾਲ ਕਰੋ ਜੀ ਜਿਹੜਾ ਕੰਜੂਸੀ ਕਰ ਸੀ ਅੱਲਾ ਉਹਨੂੰ ਮੱਕਾ ਨੇ ਲੈ ਕੇ ਨਹੀਂ ਆਉਣ ਲੱਗਾ ਤਾਲੀ ਮਾਰ ਕੇ ਇਸਤਕਬਾਲ ਕਰੋ ਜੀ 1 ਲੱਖ ਰੁਪਿਆ ਜਨਾਬ ਇਹਨਾਂ ਜਨਾਬ ਹੌਸਲਾ ਅਫਜ਼ਾਈ ਕੀਤੀ ਹੈ ਜੀ ਬੜੀ ਮਿਹਰਬਾਨੀ ਬੜਾ ਚੁੱਕਰੀਆ ਚੌਧਰੀ ਤਾਸਫ ਕੰਗੇ ਤੇ ਜੀ ਅੱਛਾ ਸ਼ਾਨੀ ਬਾਦ ਸਾਹਿਬ ਬਿਲਕੁਲ ਨਜ਼ਦੀਕ ਰਹੋ ਜੀ ਸ਼ਾਨੀ ਬਾਦ ਸਾਹਿਬ ਚੌਧਰੀ ਨਾਜ਼ਮ ਕੰਗੇ ਤੇ ਅੱਛਾ ਜੀ ਚੌਧਰੀ ਨਾਜ਼ਮ ਕੰਗੇ ਤੇ ਜੀ ਤਾਸਬ ਛੜਾਣ ਦੇ ਨਾਜ਼ਮ ਸਾਹਿਬ ਜਨਾਬ ਔਰ ਤਾਸਬ ਸਾਹਿਬ ਨੇ ਜਨਾਬ ਪੰਜਾਬ ਜਮਾਈ ਜਨਾਬ ਉਹ ਡਾਕਟਰ ਜ਼ਮੀਰ ਸਾਹਿਬ ਬੜੀ ਮਿਹਰਬਾਨੀ ਜੀ
ਲੱਗ ਗਿਆ ਗੰਗਾ ਜੀ, ਲਓ ਜੀ ਲੱਗਾ ਗੰਗਾ ਜੀ। ਪਹਿਲਾ ਰਾਉਂਡ ਜੀ ਚੌਕਸ ਰਹਿਸੋ ਜੀ, ਮਾਸ਼ਾਅੱਲਾ ਜੀ, ਕਿਆ ਹੀ ਬਾਤ ਹੈ ਜੀ, ਜ਼ਿੰਦਾਬਾਦ। ਰਾਜੂ ਪਿੱਛਾ ਕਸੋ ਜੀ, ਚੌਕਾ ਸਾਹਿਬ ਰਾਜੂ ਪਿੱਛਾ ਕਸੋ। ਆਓ ਜੀ ਸ਼ਾਨੀਬਾਦ ਸਾਹਿਬ ਦਾ ਬਾਦ ਗੁਰੂ ਜੀ ਨਾਲ ਜੀ ਬਾਦ ਸਾਹਿਬ ਪੀਤਾ ਕਲਾਥੂ ਜੀ ਨਾਲ, ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਜੀ। ਬਿੱਲਾ ਪਗੜੀ ਦਾ ਨਾੜ ਵਾਲਾ ਛੜਾਈ ਜੀ, ਠੀਕ ਹੈ ਜੀ। ਅਸਾਨ ਕੰਗੇ ਤੇ ਸਾਥ ਛੜਾਣ ਤੇ ਜੀ, ਅਸਾਨ ਕੰਗੇ ਬਰਾਣਾ ਮਾਸ਼ਾਅੱਲਾ ਜੀ। ਚੇਅਰਮੈਨ ਚੌਧਰੀ ਰਾਸਬ ਸਾਹਿਬ ਕਸ਼ਮੀਰ ਦਾ ਜਨਾਬ ਚੌਧਰੀ ਸਾਜਦ ਸਾਹਿਬ ਜਗਾ ਫੋਰਸ ਗਰੁੱਪ ਦਾ ਭੂਮਿਕਾ ਲਾ ਪਿਆ, ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਜੀ। ਜ਼ਿੰਦਾਬਾਦ ਜਗਾ ਫੋਰਸ ਕੇ ਕਿਵੇਂ ਕਰ ਜੀ ਮਿਹਰਬਾਨ ਬਾਦ ਸਾਹਿਬ ਦਾ ਮਰਦ ਬਾਦ ਅਲਕਾ ਕੋਟਲੀ ਜਨਾਬ, ਸਾਬਕ ਕੈਮ ਕਾ ਵਜ਼ੀਰ ਆਜ਼ਮ ਆਜ਼ਾਦ ਰਿਆਸਤ ਜੰਮੂ ਕਸ਼ਮੀਰ ਜੀ, ਠੀਕ ਹੈ ਜੀ। ਐਂਟਰੀ ਗੇਟ ਦੀ ਓਪਨ ਕਰੋ ਜੀ, ਐਂਟਰੀ ਗੋਟ ਗੇਟ ਦੀ ਐਂਟਰੀ ਓਪਨ ਕਰੋ ਜੀ, ਪਤਾ ਭੇਜੋ ਜੀ। ਮਾਲਕ ਨਵਾਜ਼ ਸਾਹਿਬ ਜਨਾਬ ਤਸ਼ਰੀਫ ਲੈ ਕੇ ਆ ਰਹੇ ਜਨਾਬ, ਮੌਜੂਦ ਮਹਿਮਾਨ ਨਾਲ ਬੜਾ ਅੱਛਾ ਇਸਤਕਬਾਲ ਕਰੋ ਜੀ। ਐਮ ਐਲ ਏ ਅਲਕਾ ਕੋਟਲੀ ਮੁਹੰਮਦ ਨਵਾਜ਼ ਸਾਹਿਬ ਨਾਬ ਬਲਦੀਆ ਸਾਹਿਬ ਚੇਅਰਮੈਨ ਨਾਮ ਮਾਲਕ ਮੁਸ਼ਤਾਕ ਸਾਹਿਬ, ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਜੀ। ਮਾਲਕ ਮੁਹੰਮਦ ਨਵਾਜ਼ ਸਾਹਿਬ ਸਾਬਕ ਕੈਮ ਕਾ ਵਜ਼ੀਰ ਆਜ਼ਮ ਸੀਨੀਅਰ ਮਿਨਿਸਟਰ ਆਜ਼ਾਦ ਰਿਆਸਤ ਜੰਮੂ ਕਸ਼ਮੀਰ, ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਜੀ। ਰਾਜ ਨਾਲ ਨਾਮ ਅਜੀਬ ਖਾਨ ਸਾਹਿਬ, ਇਮਰਾਨ ਮਾਨੀ ਸਾਹਿਬ, ਹਰ ਰਾਜੋ ਜੀ, ਹਰ ਰਾਜੋ ਰਹੀਮ ਸਾਰੀ ਪਬਲਿਕ ਮੇਰੀ ਤਰਫੋਂ ਸਲਾਮ, ਬੜਾ ਜ਼ਰੂਰੀ ਐਲਾਨ ਹੈ, ਬੜੀ ਖਾਮੋਸ਼ੀ ਨਾਲ ਸੁਣਿਆ ਹੈ, ਸਾਰਿਆਂ ਅੱਗੇ ਰਿਕੁਐਸਟ ਹੈ, ਅੱਜ ਜਿਹੜਾ ਵਸੀਮ ਸਮੁੰਦਰ ਔਰ ਕੁਰਾਨ ਉਮਰ ਦੇ ਦਰਮਿਆਨ ਅੱਜ ਮੁਕਾਬਲਾ ਹੋ ਰਿਹਾ ਹੈ, ਬੈਲਟ ਜਨਾਬ ਇਹ ਵਰਲਡ
चैंपियनशिप ना बेल्ट है, इंटरनेशनल वर्ल्ड चैंपियनशिप ना ये बेल्ट है, जिसकी भी अल्लाह ताला इज्जत बख्शी और वर्ल्ड चैंपियन बन जासी आज। और नंबर इस बेल्ट पर काफी WPA ने कंडीशन शिका और आजाद जनाब जरा भी नच जितसी और शिका जरा कॉन्ट्रैक्ट है वो साइन कर सी ए बेल्ट जरा WPA ना सदा मालकियत WPA नहीं रह सी मगर जिसको भी ये बेल्ट हो सी वो वर्ल्ड चैंपियनशिप वर्ल्ड चैंपियन वर्ल्ड चैंपियन मर्सी। हाँ जी एक जगह पब्लिक ना जानना जरूरी है आज अगर ये दो जने मतलब मुकाबला करने बराबर हो जाने बराबर अगर हो जाए किसी के भी बेल्ट नहीं दिता जाना WPA को रेसी सॉरी उमर को भी बेल्ट रेसी और इन दोनों फिर जल्दी से जल्दी त्रै महीने चार महीने इन्हों री मैच कराए थे असी और जिसे जी इन्होंने जो एक जितना नहीं है जी जो जड़ा जितसी वो जनाब बैठ के नहीं जो बाकी स्पीकर ने थोड़ा जा सके टाइम दे सो इस जोड़ पर एक ना बैल्ट है दुआ इसने पर 9 लाख रुपया नकदी इन दो जो जड़ा जुटसी 70% और जरा लूजर उसी उसी 30% और अगर दो बराबर हो सर साढ़े का लाख रुपया इन्हें दिखा जा सी और उस तो बाद इस जोर होने शुरू तो पहले प्लीज सारे बंद की दो दो चार चार कदम पिछड़ होना पे सी इस वास्ते जब पिछड़ दो सो एक बार नहीं कराने के साथ तो फिर इसे जिम्मेदार सुखा दो सो फजलगढ़ पठान साहब उन्होंने की तरफ 10,000 रुपए की भाई जितने बाहर बंदे बड़े अखा वाले बड़े दिमाग वाले बड़े सूझ बूझ लोग बैठे हैं रेफरी हजरात चौकस हो सो जी यानी कि रेफरी तू भी ज्यादा जाइन अंपायर जजेस हजरात तू भी ज्यादा जाइन लोग इतने इस पंडाल मौजूद ना बराए मेहरबानी अच्छा अदल इंसाफ होना चाहिए जी पहला राउंड जी कंगे ते राजा वसीम समुंदर चढ़ान ते चौधरी उमर परला पंडोड़ी रेफरी फिरी तू दे जो कुछ होगा जी बैठ जाना जी टीमों को इजाजत नहीं है ये दोनों टीमों की पेड़ चावण दी जी चौधरी नासिर साहब ते चौधरी साजिद साहब खामोशी जी खामोशी अदीप ध्यान ग्राउंड जी तुम अपना शुगर है इंग्लैंड के तरह इंग्लैंड जी खामोशी जी खामोशी गंगे के टैंकर हाँ टैंकर अपने अपनी मौज क्या ही बात है Allahu Akbar.
اذان ہو رہی ہے جی ایک منٹ ہے بالکل نزدیک رہسو جی انٹری پوائنٹ رہسو جی جتنا دور رہسو کھلاڑی ہو رہا کہ اسی پھر مسئلہ بدلا جی اصل تسکر چلان پہ زیشان مہتا کوٹنی کنگے کا جی بڑا خوبصورت مقابلہ جی ادھری صاحب سی بات چلے جاؤ برائے مہربانی حمزہ صاحب بالکل رڈی ہو کھڑو جاؤ سی بالکل جنید بالکل نزدیک ہے جی ایک راؤنڈ مکمل کر سو جی لو جی چھڑا کے کامیاب ہو جی شیشان جو رابو جی وحید واحد کا جی میں کرنا شکریہ شکیل بٹ بٹ بھائی زمبی دلیا گجرا جی پہلا راؤنڈ جی واہ کیا ہی بات ہے جی زندہ باد آؤ جی جنید جی جنید جاوید جی اسرا جی دو سو آج سمروڑ تک ہو چکے شاید نے ملنا جوڑ تک سو جی جوڑ تک سو جی کتنی جوڑ جی پیس کری سیر پروسو بھائی تک ہو جی سیر پروسو جی سیر پروسو لو جی حمزہ کنگے تے اور سنین چھڑان تے جی ساڑھے پنڈالی زینہ جناب کیمران گوجر صاحب کھوکھا شریف زندہ باد جی اپنا قیمتی ٹائم لے گیا جی عرفان اصغر صاحب نے پائی بڑی مہربانی جی برطانوی اسپیشل تشریف فرما جی چودھری اشتیاق صاحب گوجر خانہ لے ایک لاکھ روپیہ اور ملک آباد صاحب رہا ایک لاکھ روپیہ لو جی کامیاب رہا جی حمزہ قریشی ریفری صاحب چریا کرو سکندر چھڑا کا کامیاب رہا جی امیری گرو جی زندہ باد جی آؤ جی شانی پاک صاحب آ جاؤ میں کرنے آدل بوا جی چکسواری چھوٹا ساتھ جی جی بالکل لائن ہے نزدیک رہ سکتے اے ریفری آزاد پھریا کرو جناب کنگ میکر صاحب یاد کر رہے ہیں جناب جی کنگ میکر صاحب ہے بیٹری نے ختم ہو گئی اسی بیٹری نہیں دینا لو جی اے جوانی چار دیہڑے خوشیاں نال ہڑئیے گئی جوانی ہاتھ نہیں آندی پاویں لکھ خوراکاں کھائیے پچھلی عمر نے جناب پہلوانی تے مزدوری تو ہائے 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 اس سرکار نے گاس آندی ہے جی ساڈے بھرا نوں گاس ہے جی جوڑ نگرا جی دوسرا راؤنڈ جی کرنگے تے تاسف جی چک سواری نے بڑا نال میں نال بریر جی اس تو بعد دیکھا بسم اللہ بسم اللہ اللہ حامی و ناصر جی بہت ہی تگڑا مقابلہ جی چودھری تاثر بوا ٹانگری چک سواری چودھری محمد یونس صاحب لاکھ دیکھ رہے جی جمع ہو رہی ہے چودھری گلزار صاحب چودھری اللہ دیتا صاحب افرنو چودھری عمران صاحب چودھری عمران اصغر صاحب شانی موتی جی ہے کیا بات ہے جی ہاں جی ماشاء اللہ عدل دویا دیتا صاحب جی جی کنگ میکر صاحب پر کنگ میکر صاحب جی زندہ باد سانڈا
ਇਸਾਨ 30,000 ਰੁਪਿਆ ਇਨਾਮ ਹੈ ਜੀ। ਇਸਾਨ ਸਿੱਧਾ ਮਨਵਰ ਜਗਾ ਸਾਹਿਬ ਨੂੰ ਰਾਜਾ ਕੰਨੇ ਦੇ ਚੌਧਰੀ ਨਈਮ ਨੱਕੇ ਦੇ ਰਹਿਣ ਵਾਲਾ ਛਿਆਰ ਦੇ ਚੌਧਰੀ ਨਾਸਰ ਬੱਲਾ ਪਟੋਰੀ ਵਾਲੇ ਆਖਰੀ ਰਾਉਂਡ ਜੀ ਫੈਸਲਾ ਕੁੰਡ ਲਾਉਣ ਜੀ ਆਖਰੀ ਰਾਉਂਡ अगर आप जीत जाते हैं तो जो आपको इनाम मिलता है क्या वो आप अपने इलाके के लोगों के लिए खिदमत में करेंगे या उसके लिए ਮੁਸ਼ਤਰੀਕਾ ਫੈਸਲਾ ਇਹ ਹੈ ਮੇਰੇ ਦੋਸਤ ਮੇਰੇ ਭਰਾ ਜਨਾਬ ਚੌਧਰੀ ਆਤਮ ਸਾਹਿਬ ਤੁਹਾਡੀ ਟੀਮ ਔਰ ਸਾਰੇ ਜਿੰਨੇ ਵੀ ਮੌਜੂਦ ਮਹਿਮਾਨ ਜਨਾਬ ਖੁਸ਼ ਆਮਦੇਦ ਮਾਸ਼ਾਅੱਲਾ ਜੀ ਬੜਾ ਅੱਛਾ ਮੁਕਾਬਲਾ ਜੀ ਅੱਲਾ ਹਾਮੀਆਂ ਨਾਸਰ ਰੱਬ ਦੀਆਂ ਰੱਖਾਂ ਯਾ ਮਾਲਕਾ ਕਰ ਜੀ ਜ਼ਿੰਦਾਬਾਦ ਜੀ ਜੀ ਮੈਂ ਕਰਨਾ ਜੀ ਰਾਜਾ ਨਿਗਮਾਨ ਨਾੜ ਇਮਤਿਆਜ਼ ਨਕਿਆਲ ਜੀ ਮੇਰੀ ਆਵਾਜ਼ ਸੁਣੀ ਜੀ ਜ਼ਿੰਦਾਬਾਦ ਜੀ ਸ਼ਾਇਕੀ ਨੇ ਮੇਲਾ ਜੋਰ ਦਰਵਾਜੇ ਸਾਹਮਣੇ ਸ਼ੌਕੀ ਜੱਟ ਜੀ ਜੀ ਠੀਕ ਹੈ ਜੀ ਇਸ ਤੋਂ ਬਾਅਦ ਉਮਰ ਬਿਲਕੁਲ ਰੈਡੀ ਹੈ ਜੀ ਰਾਜਾ ਵਸੀਮ ਸਮੁੰਦਰ ਸਾਹਿਬ ਵੀ ਬਿਲਕੁਲ ਰੈਡੀ ਜਨਾਬ ਦੂਸਰਾ ਰਾਊਂਡ ਮੁਕੰਮਲ ਕਰੋ ਜੀ ਸ਼ੇਰਬਾਦ ਪਠਾਨ ਅਗਰ ਤੁਸੀਂ ਬਹਿ ਜਾਓ ਤਾਂ ਕੋਈ ਉਮਰ ਦਾ ਵਸੀਮ ਅਗਰ ਇਕੱਲੇ ਰਾਊਂਡ ਲਾਉਣ ਤਾਂ ਬੜਾ ਸੋਹਣਾ ਮਾਹੌਲ ਪੈਦਾ ਹੋ ਗਿਆ ਸੀ ਮਿਹਰਬਾਨੀ ਜੀ ਸ਼ੇਰਬਾਦ ਸਾਹਿਬ ਮਹਿਸੂਸ ਵੀ ਨਾ ਕਰੇ ਜਨਾਬ ਬੜੀ ਮਿਹਰਬਾਨੀ ਜ਼ਿੰਦਾਬਾਦ ਜੀ ਬਹੁਤ ਹੀ ਤਗੜਾ ਮੁਕਾਬਲਾ ਜੀ ਬਿਲਕੁਲ ਜੀ ਬਿਲਕੁਲ ਜਵਾਨ ਮਿਹਰਬਾਨੀ ਕਰੋ ਜੀ ਬਹਿ ਜਾਓ ਜੀ ਸ਼ਕੀਰ ਬਾਦ ਸਾਹਿਬ ਮਿਹਰਬਾਨੀ ਕਰੋ ਜਨਾਬ ਬਹਿ ਜਾਓ ਜਨਾਬ ਇਹ ਬੜਾ ਕੀਮਤੀ ਗੰਗਾ ਜੀ 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 ਭਾਈ ਬਹਿ ਜਾਓ ਜੀ ਬਹਿ ਜਾਓ ਜੀ 9,00,000 ਤੇ ਜਨਾਬ ਇਹ ਜੋੜਾ ਜੀ 1,00,000 ਰੁਪਿਆ ਇਨਾਮ ਹੈ ਜੀ ਜਨਾਬ ਗੌਰਮੈਂਟ ਦੀ ਇੰਤਜ਼ਾਮੀਆਂ ਦੇ ਮੁਤਾਬਕ ਮੌਜੂਦ ਹੈ ਜਨਾਬ 9,00,000 ਰੁਪਿਆ ਜਗ੍ਹਾ ਫੋਰਸ ਇੰਗਲੈਂਡ ਤੋਂ ਜਨਾਬ ਸਪੈਸ਼ਲ 20,00,000 ਰੁਪਿਆ ਜਨਾਬ ਇਸ ਫਾੜੇ ਦੇ ਨਾਮ ਖਰਚਾ ਕਰ ਰਹੀ ਹੈ ਜਨਾਬ ਅੱਲਾ ਇਹਨਾਂ ਨੂੰ ਬਿਹਤਰ ਅਜਰ ਦਾ ਜੀ ਜਗ੍ਹਾ ਫੋਰਸ ਗਰੁੱਪ ਨੇ ਜਿੰਨੇ ਮੈਂਬਰ ਆਉਣ ਜਨਾਬ ਚਲੋ ਜੀ ਅੱਲਾ ਕਰ 50,000 ਹੋ ਜਾ ਜੀ ਆਦੋ ਬੈਠੇ ਬਾਈ ਬੜਾ ਕੂਲ ਮਾਹੌਲ ਹੈ ਜੀ ਬੜਾ ਅੱਛਾ ਮਾਹੌਲ ਬੜਾ ਕੂਲ ਮਾਹੌਲ ਹੈ ਜੀ ਸਿਰਫ ਦੋ ਰੈਫਰੀ ਔਰ ਕੋਈ ਬੰਦਾ ਅੱਖ ਨਹੀਂ ਚਮਕ ਰਿਹਾ ਜੀ 9,00,000 ਤੇ ਜਨਾਬ ਮੁਕਾਬਲਾ ਜਾਰੀ ਹੈ ਇੱਕ ਰਾਊਂਡ ਮੁਕੰਮਲ ਹੈ ਜੀ ਦੂਸਰਾ ਰਾਊਂਡ
ਤਸਵੀਰ ਨਾਲ ਸਟਾਈਲ ਜਨਾਬ ਉਮਰ ਬੰਲਾ ਬਲੋੜੀ ਰਾਜਾ ਵਸੀਮ ਸਮੁੰਦਰ ਸਾਹਿਬ ਬੜੇ ਚੌਕਸ ਅੰਪਾਇਰ ਜਨਾਬ ਰਾਜਾ ਜਮਸ਼ੇਦ ਸਾਹਿਬ ਸੈਯਦ ਫਿਦਾ ਹੁਸੈਨ ਸ਼ਾਹ ਸਾਹਿਬ ਸੈਯਦ ਆਲ ਰਸੂਲ ਜਨਾਬ ਸੈਯਦ ਫਿਦਾ ਹੁਸੈਨ ਸ਼ਾਹ ਸਾਹਿਬ ਜਰਾਈ ਰਾਜਾ ਜਮਸ਼ੇਦ ਸਾਹਿਬ ਜਨਾਬ ਪੋਥੀ ਜੀ ਇੰਨੀ ਪਬਲਿਕ ਇੰਨੀ ਖਾਮੋਸ਼ੀ ਜੀ ਬੜੀ ਬੜੀ ਬਾਤ ਹੈ ਜੀ ਬੜੀ ਪਸੰਦੀਦਾ ਗਹਿਮ ਹੈ ਖਾਮੋਸ਼ੀ ਇਸ ਬਾਤ ਦੀ ਅਮਲ ਹੈ ਇਸ ਬਾਤ ਦਾ ਅਹਿਸਾਸ ਕਰਾਉਂਦੀ ਹੈ ਕਿ ਇਹ ਜਨਾਬ ਇਹ ਸਾਡੇ ਪਸੰਦ ਦਾ ਜੋੜ ਹੈ ਹਰ ਰਾਊਂਡ ਤੋਂ ਜਨਾਬ ਮੋਬਾਇਲ ਜਨਾਬਾਨ ਫਿਲਮਾਂ ਜਨਾਬਾਨ ਲਾਈਫ ਤੱਕ ਰਹਿਣ ਜਨਾਬ ਰਾਜਾ ਸਾਡੇ ਦੋਸਤ ਸਾਡੇ ਭਰਾ ਜਨਾਬ ਚੌਧਰੀ ਇਮਰਾਨ ਖਤਰੀ ਚੌਧਰੀ ਬਰਾਜ ਸਾਹਿਬ ਚੌਧਰੀ ਅਲਗ ਧਾਰਨੋ ਚੌਧਰੀ ਯੂਨਸ ਸਾਹਿਬ ਸ਼ਾਮੀ ਸਾਪੋਟੀ ਹਾਜੀ ਗੁਲਜ਼ਾਰ ਸਾਹਿਬ ਰੈਫਰੀਆਂ ਔਰ ਜੱਜਾਂ ਤੋਂ ਜਨਾਬ ਜ਼ਿਆਦਾ ਸਾਈਨ ਲੋਕ ਹਾਜੀ ਸ਼ਿਵਾਈ ਸਾਹਿਬ ਪੋਠੀ ਦੇ ਜਨਾਬ ਵੇਖ ਰਹੇ ਜਨਾਬ ਜੀ 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 ਬਾਕੀ ਗਹਿਮ ਹੈ ਜੀ ਲਾਈਟਾਂ ਹਰ ਚੀਜ਼ ਦਾ ਇੰਤਜ਼ਾਮ ਹੈ ਜੀ ਬਿਲਕੁਲ ਨਹੀਂ ਜਾਣਾ ਆਪਣੇ ਘਰ ਮੇਲਾ ਵੇਖ ਕੇ ਜਾਣਾ ਹੈ ਮੁਕਾਬਲਾ ਵੇਖ ਕੇ ਜਾਣਾ ਜੀ ਇੰਨਾ ਨਾਮ ਇਸ ਤੋਂ ਪਹਿਲੇ ਨਾ ਹੋਇਆ ਔਰ ਮੇਰੇ ਖਿਆਲ ਦੇ ਮੁਤਾਬਕ ਸ਼ਾਇਦ ਅਲੀ ਬਾਤ ਨਾ ਹੋਵੇ ਅੱਲਾ ਦੀ ਜ਼ਾਤ ਬਹੁਤ ਨਵਾਜ਼ਿਆ ਬੰਦੇ ਉਸ ਨਾਲ ਜ਼ਿਆਦਾ ਵੀ ਹੋ ਜਾਵੇ ਜੀ ਬੜੇ ਬੜੇ ਝੋਟੀ ਨੇ ਪਹਿਲਵਾਨ ਹੋਏ ਨੇ ਜਨਾਬ ਪਹਿਲਵਾਨ ਆਜ਼ਮ ਸਾਹਿਬ ਰਾਜਾ ਪਿਸ਼ਾਰ ਰਾਜ ਜਮਸ਼ੇਦ ਸਾਹਿਬ ਪਹਿਲਵਾਨ ਸਦੀਕ ਸਾਹਿਬ ਚੌਧਰੀ ਜ਼ਮਾਨ ਸਾਹਿਬ ਚੌਧਰੀ ਰਾਸਬ ਸਾਹਿਬ ਬਾਕੀ ਜਨਾਬ ਮਲਿਕ ਪੁੰਨੂ ਸਾਹਿਬ ਬੜੇ ਬੜੇ ਟਾਪ ਨੇ ਖਿਲਾੜੀ ਹੋਏ ਲੇਕਿਨ ਉਹਨਾਂ ਦੀ ਯਾਦਾਸ਼ਤ ਆਪਣੀ ਜਗ੍ਹਾ ਉਹਨਾਂ ਦਾ ਮੁਕਾਮ ਆਪਣੀ ਵਸੀਮ ਜ਼ਿੰਦਾਬਾਦ ਜੀ ਸ਼ਾਇਕੀ ਨੇ ਮੇਲਾ ਅੱਜ ਦੇ ਇਸ ਅਖਾੜੇ ਦਾ ਬਹੁਤ ਹੀ ਤਗੜਾ ਮੁਕਾਬਲਾ ਇਸ ਮੁਕਾਬਲੇ ਵਾਸਤੇ ਬੜੇ ਬੜੇ ਦੂਰੋਂ ਦੁਨੀਆ ਆਈ ਹੈ ਮੁਕਾਬਲਾ ਚੌਧਰੀ ਉਮਰ ਖਾਨ ਬੜਲਾ ਪੰਡੋੜੀ ਚੈਂਪੀਅਨ ਆਫ ਪਾਕਿਸਤਾਨ ਚੈਂਪੀਅਨ ਆਫ ਯੂਕੇ ਔਰ ਮੁਕਾਬਲੇ ਤੇ ਚੈਂਪੀਅਨ ਪਾਕਿਸਤਾਨ ਰਾਜਾ ਵਸੀਮ ਸਿਆਰੀਆ ਜੀ ਅੱਜ ਜਨਾਬ ਜੱਜਸ ਨੇ ਫਰਾਇਜ਼ ਅੰਜਾਮ ਦੇ ਰਹੇ ਜਨਾਬ ਸੀਨੀਅਰ ਆਦਮੀ ਜਨਾਬ ਚੌਧਰੀ ਰਾਸਬ ਸਾਹਿਬ ਪੋਠਾ ਸ਼ੇਰ ਦੜਿਆਲ ਰੈਫਰੀ ਸਾਹਿਬ ਹਿੰਮਤ ਕਰ ਸੋ ਥੋੜ੍ਹੀ ਹਿੰਮਤ ਕਰ ਸੋ ਰੈਫਰੀ ਸਾਹਿਬ ਖਾਮੋਸ਼ੀ ਜੀ ਚਾਚਾ ਕਰੀਮ ਜੀ ਖਾਮੋਸ਼ੀ ਜੀ ਓ ਨਹੀਂ ਨਹੀਂ ਚਾਚਾ ਜੀ ਮਿਹਰਬਾਨੀ ਕਰ ਸੋ ਚਾਚਾ ਜੀ 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 ਚਲੋ ਜੀ ਤਵਜੋ ਫਰਮਾਓ ਜੀ ਤਵਜੋ ਕਰੋ ਚਾਚਾ ਇੱਧਰ ਤਵਜੋ ਕਰੋ ਚਾਚਾ ਇੱਧਰ ਤਵਜੋ ਕਰੋ ਜੀ ਚਾਚਾ ਜੀ ਸ਼ਾਇਕੀ ਨੇ ਮੇਲਾ ਪਹਿਲਵਾਨਾਂ ਦਾ ਤਵਜੋ ਫਰਮਾਓ ਜੀ ਮਿਹਰਬਾਨੀ ਕਰੋ ਜੀ ਹੁਟਿੰਗ ਨਾ ਕਰੋ ਤੁਸੀਂ ਸਾਡੇ ਸਿਰ ਤੇ ਪਕੜੋ ਜੀ ਸਿੱਧਾ ਗੱਲਾਂ ਮਾਰੋ ਜੀ ਖਾਮੋਸ਼ੀ ਕਰ ਸੋ ਜੀ ਹਰ ਤਰਫੂ ਜਨਾਬ ਮੋਬਾਈਲ ਆਨ ਜੀ ਬਾਬਾ ਜੀ ਫਿਲਮਾਂ ਬਣ ਰਹੀਆਂ ਜੀ ਬਿਸਮਿਲਾ ਜੀ ਕੰਗੇ ਤੇ ਚੌਧਰੀ ਉਮਰ ਖਾਨ ਬੜਲੇ ਦੇ ਰਹਿਣ ਵਾਲਾ ਦੂਸਰਾ ਰਾਊਂਡ ਜੀ ਛਰਾਣ ਦੇ ਰਾਜਾ ਵਸੀਮ ਸਮੁੰਦਰ ਤੁਹਾਡਾ ਆਪਣਾ ਵਾਦੀਏ ਕਸ਼ਮੀਰ ਦਾ ਸ਼ਹਿਜ਼ਾਦਾ ਬੜੇ ਅੱਛੇ ਅੰਪਾਇਰ ਜੀ ਜੀ ਚੌਧਰੀ ਉਮਰ ਸਾਹਿਬ ਰਾਜਾ ਵਸੀਮ ਸਾਹਿਬ ਚੌਧਰੀ ਸ਼ਿਫਾਈ ਸਾਹਿਬ ਜਨਾਬ ਆਪਣਾ ਕੋਈ ਮਸ਼ਵਰਾ ਦੇਣ ਵਾਸਤੇ ਜਾ ਰਹੇ ਜੀ ਜੱਜਾਂ ਦੇ ਫਰਾਇਜ਼ ਅੰਜਾਮ ਦੇ ਰਹੇ ਜੀ ਚੌਧਰੀ ਸ਼ਿਫਾਈ ਸਾਹਿਬ ਨਲਾਡਗਾਰ ਬੜੇ ਅੱਛੇ ਪਲੇਅਰ ਜੀ ਸਿੱਧਾ ਗੰਗਾ ਲਓ ਜੀ ਸਿੱਧੀ ਬਾਂਹ ਦਵੋ ਜੀ ਇਹ ਸਰ ਬਚੋ ਸਿੱਧੀ ਪਕੜੋ ਜੀ ਇਤਰੀਆ ਬਾਂਹ ਜਨਾਬ ਨਜ਼ਰਾਂ ਜਮਾ ਕੇ ਬੈਠੀ ਹੈ ਜੀ ਸੱਲਾ ਹਾਮੀ ਨਾਸਰ ਪੰਜ ਤਨੀ ਸਵਾ ਲੱਖ ਨਾਰਾ ਹੈਦਰੀ ਯਾ ਮਾਲਕਾ ਕਾਰ ਕਰਮ ਰੱਬ ਦੀਆਂ ਰੱਖਾਂ ਜੀ ਹਾਏ ਹਾਏ ਹਾਏ
ਰੈਫਰੀ ਸਾਹਿਬ ਬਚੋ ਸ਼ਾਇਕੀ ਨੇ ਮਿਲਿਆ ਪਹਿਲਵਾਨ ਦਾ ਤਵੱਜੋ ਕਰੋ ਜੀ ਬਹੁਤ ਹੀ ਤਗੜਾ ਮੁਕਾਬਲਾ ਉਬੈਦ ਕੁਰੈਸ਼ੀ ਨਾਲ ਦਾ ਰਹਿਣ ਵਾਲਾ ਮੁਕਾਬਲੇ ਤੇ ਸ਼ਾਨੀ ਬੱਟ ਮਿਰਪੁਰ ਦਾ ਜ਼ਿੰਦਾਬਾਦ ਜੀ ਅੱਲਾ ਹਮੀਆ ਨਾਸਰ ਯਾ ਮਰਦਾ ਕਰ ਕਰਮ ਰੱਬ ਦੀਆਂ ਰੱਖਾਂ ਬਾਈ ਜ਼ਿੰਦਾਬਾਦ ਬਈਆ ਬੈਦ ਸ਼ਾਨੀ ਬੱਟ ਜ਼ਿੰਦਾਬਾਦ ਬਿੱਲਾ ਚੰਪਰ ਜੋੜੀਆਂ ਵਾਲੀਬਾਲ ਦੇ ਬਾਅਦ ਚ ਪਲੇਅਰ ਰਾਜਾ ਰਜਬ ਸਿਰ ਖੁਸ਼ ਚੰਦੀ ਦਾਖਨੇ ਵਾਈ ਜ਼ੰਬੀ ਜਨਾਬ ਦੁਨੀਆ ਗੁਜਰਾ ਸ਼ਕੀਲ ਭੱਟ ਕੰਗੇ ਤੇ ਜੀ ਸ਼ਕੀਲ ਭੱਟ ਬੜਾ ਮਾਇਆ ਨਾਜ਼ ਆਜ਼ਾਦ ਕਸ਼ਮੀਰ ਦਾ ਪਲੇਅਰ ਜਵਾਨਾਂ ਨੂੰ ਮਾਣ ਜਵਾਨੀ ਦਾ ਜੀ ਜੀ ਬਿਲਕੁਲ ਜੀ ਬਿਲਕੁਲ ਮਾਸ਼ਾਅੱਲਾ ਬੜਾ ਖੂਬਸੂਰਤ ਪਲੇਅਰ ਹੈ ਜੀ ਸ਼ਕੀਲ ਭੱਟ ਜੀ ਠੀਕ ਹੈ ਜੀ ਠੀਕ ਹੈ ਪਿਛਲੇ ਸਾਲ ਜਨਾਬ ਇਸ ਬੱਚੇ ਜਨਾਬ ਮੁਕਾਬਲਾ ਕੀਤਾ ਜੀ ਸੁਧੀਰ ਪਹਿਲਵਾਨ ਨਾਲ ਜ਼ਿੰਦਾਬਾਦ ਬਾਈ ਜ਼ਿੰਦਾਬਾਦ ਡਾਕਟਰ ਸਿੰਘ ਕਿਸੇ ਸੱਜਣ ਵੀ ਹਮਦਰ ਬੰਦਿਆਂ ਦੇ ਉਹਨੂੰ ਗੱਲ ਸਮਝਾਵਣ ਬੰਦਣਾ ਹੈ ਅਬਰਾਰ ਵੀ ਤੇਰਾ ਲੱਗਦਾ ਹਾ ਉਹਨੂੰ ਯਾਦ ਦਿਵਾਵਣ ਬੰਦਣਾ ਹੈ ਮਿਹਰਬਾਨੀ ਡਾਕਟਰ ਅਕਸ਼ਰ ਸਾਹਿਬ ਅੱਲਾਹ ਤਾਲਾ ਜਨਾਬ ਦੀ ਜ਼ਿੰਦਗੀ ਦਰਾਸ ਕਰੇ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਬੜਾ ਹਰੂਨ ਸਾਹਿਬ ਜਨਾਬ ਨੂੰ ਖੁਸ਼ ਆਮਦੀ ਰੱਖਣੇ ਜੀ ਬੜੀ ਮਿਹਰਬਾਨੀ ਜੀ ਜੀ ਲਓ ਜੀ ਕੰਗੇ ਤੇ ਮੇਰਾ ਚੰਨ ਮਜਬੂਤ ਹੋ ਗਿਆ ਸ਼ਕੀਲ ਬਾਗ ਵਾਸਤੇ ਜ਼ੋਰਦਾਰ ਤਾੜੀਆਂ ਜੀ ਬਸ ਜੀ ਇੱਕ ਮਿੰਟ ਜੋੜ ਹੋ ਸ਼ਾਇਕੀ ਨੇ ਮੇਲਾ ਅੱਜ ਦੇ ਇਸ ਅਖਾੜੇ ਦਾ ਬਹੁਤ ਹੀ ਤਗੜਾ ਮੁਕਾਬਲਾ ਜਿਹਨੂੰ ਵੇਖਣ ਵਾਸਤੇ ਦੁਨੀਆ ਬੜੇ ਬੜੇ ਦੂਰੋਂ ਆਈ ਹੈ ਸੱਤਰ ਹਜ਼ਾਰ ਰੁਪਇਆ ਲਵੋ ਜੀ ਚੌਧਰੀ ਤੀਹ ਹਜ਼ਾਰ ਰੁਪਇਆ ਲਵੋ ਜੀ ਸਾਹਿਬ ਮੁਕਾਬਲੇ ਤੇ ਰਾਜਾ ਵਸੀਮ ਸਮੁੰਦਰ ਜੀ ਦਲਿਆ ਗੁਜਰਾਲ ਜਨਾਬ 30,000 ਰੁਪਏ ਲਓ ਜੀ ਯਾਨੀ ਮਦਦ ਜੀ ਕੰਗਾ ਲੱਗ ਗਿਆ ਜੀ ਪੈਂਤਨੀ ਸਵਾ ਲੱਖ ਨਾਰਾ ਖਾਮੋਸ਼ੀ ਜੀ ਖਾਮੋਸ਼ੀ ਅੱਲਾ ਹਾਮੀ ਨਾਸਰ ਅੱਲਾ ਰਾਣੀ ਮੁਖਾਤਬ
जितन जितन हर कोई खेडे हारन खेड फकीरा जितन दा मुल कौड़ी पांदा हारन दा मुल हीरा जी जी तंगे दादल अफसराने वाला आजाद कश्मीर पुलिस जनाब नु वेलकम बड़ी मेहरबानी वाजी वा पुलिस आले आओ पुलिस आले आओ जिमे फौजी तो मर कर्नल जनरल व तख्ता उलट के शाह बन गए इंजे अखी दे राय दिल ले जाके रफ्ता रफ्ता शाह बन गए इन्हें आमद पत्थर जलीम दे रहे पत्थर इबादत गाह बन गए साढ़े पागल बनते सजना दो सजबस को जनाब खुदा बन गए तुम्हारी सजना भरावान की बेहद शुक्रगुजार है मेहरबानी करके बंदे दस पंद्रह बह गए मलक बासा बना बोलो बाकी बंदे अगे पिछे बह गए जजा को पेश मार बंदे आ गए बराए मेहरबानी सिकंदर शौकी बह जा शौकी बह जा जी नानी रेफरी नान बिल्कुल जी रेफरी फील्ड करना जी जी उठ जाइए मेहरबानी जी अरसलान पंछी जी एक हजार रुपया जनाब राजा जुल्फकार साहब रा जनाब आवाज कश्मीर है उस अफसाई का बड़ा शुक्रिया एक हजार शुक्रिया जी उस अफसाई का ये वहां भी कोशिश करो जी अगर रामड़ी जोड़ी तक बात सब कर छोड़ सो जब तक नहीं वहां बाहर में जैसी फॉर्म बिल्कुल नहीं होने लगी जी वसीम बना था और उमर फिर उसके बाद राउंड नहीं शुरू हो सकता जब तक वहां पीछे ना जा सी दस दस कदम चक सवारी और तक जनाब दीना टीम कितने दूर बैठी है जी साजे साहब हेलो जवान दस कदम अगर तुसी अपनी टीम की जनाब तुसी मौजूद मेहमान हो जनाब पिछले बंदे पीछे हो जाओ चार तो पिछले बंदे कुर्सियों को ले जाओ कुर्सियों के पैर रखे कुर्सियां दर्ज हो चले जी पीछे कुर्सियां लैके थोड़ी थोड़ी तुम चार सौ टेंशन हो बाकी बंदे पीछे कर छोड़ सौ फिर चौबीस साजी नाम तानी बरवा साहब चौबीस साजी की इज्जत पसंद है चक सवारी टीम की मेहरबानी करें जी पीछे हो जाओ जी नाजम होता सब जी नाजम होता सब खुलाओ ये बाकी छोड़े सजे खबा अपने तमाशा तक पीछे इसलिए तू बात जज का रेफरी जरा फैसला सिकम देना तो मेरी ना इस जोर तो बाद जनाब सनावट है पर लगनी इंतजार करनी है असा खुद इंतजार करी रहा
जी नहीं जो नहीं मैं पीछे करो मैं बंदे पीछे करो मैं बंदे पीछे करो मैं थोड़े कैसे बंदे नाजम कंगे तो नाजम और प्लेयर नहीं बैठा होने लगे इस तरह इंतजाम नहीं होने लगे शाकीन अदराज ना इतना खर्चा नहीं करने लगे चौधरी इबरार साहब चौधरी गुलनवाज गुल्ली और चौधरी अमजद पहलवान उन्होंने ब्रदर जुल्फकार साहब जेडे बैरूने मुल्क से जनाब चौधरी अला दिता साहब आ फरलो बड़ी मेहरबानी चौधरी शिफायत सारी की थी जनाब माली और किसी मसरूफियात की वजह तो जनाब वो तशरीफ लैके नहीं आ सके जी ठीक है जी भाई इश्तिहारा ने मुताबिक इस तू बाद कोई नवा जोड़ नहीं होना जी शानी भट अपना ग्राउंड मुकम्मल करो जी बिल्कुल नजदीक रहो जी शानी भट ए अगेन आओ सर प्लीज अहमद कुरैशी एंट्री पॉइंट तक बिल्कुल नेड़े नजदीक रहसो जी फिर गल बढ़सी अगर जो दूर दराज सो आन ताहिर हो जसी तो फिर मसला पैदा हो जसी जी हाय 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 कदे मेरी इस तरह पकड़ो दी सी हाय हाय लाओ जी बाबा जी फिसा जी 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 नाजम अठा की तक सो जी ना कसम का अठा की तक सो हाय हाय नाजम कंगे ते खाली क्या जी बड़े अच्छे फैसले बड़े अच्छे पैर जी खल खलोगे जी लाओ जी कंगे ते हाय हाय नाजम मुकाबला शुरू है जी शानी भट कंगे ते अबैद कुरैशी छुड़ान ते बड़ा सियाना प्लेयर है जी अबैद कुरैशी इन्नत दे मध्य मुकाबला किंग मेकर साहब इंतजार नाम मोहसिन बाजूगिरी साहब राजा नंगमान दा इम्तियाज निकाल जी भाई खाली दसो जी खाली दसो जी ये जोड़ है जहाँ जिस मकसद का आया कौन मेरा एक पूछ लेने चला गया भाई जजा मुझे बातें पैके फारूक हो जो जी भाई जजा ने भाई जजा को जितने बंदे बैठे फालतू ने ठाल छोड़ दी मामा साहब कौन चले जो जी बिल्कुल फालतू बंदे ठाल छोड़ दी भावे अपना बात पर आया हेलो क्रेशिया जी मैं बार बार लाल कर आया चढ़ान तक कामयाब हो जी अबैद कुरैशी बंद करो बंद करी छोड़ो बस बस खत्म समुंदर साहब या पहलवान उमर साहब तीसरा राउंड मुकम्मल दसो जी ठीक है जी राजा फैसल साहब काला गुजरा ने ऐलान करा ने जनाब राजा नासर साहब स्टेज निकली बाजी राजा फैसल साहब इस तो बाद जो उमर नहीं तो वसीम ना जोड़ो सी जी जी ठीक है जवेद साहब जी चौकी का जनाब जी बेहद शुक्रगुजार जनाब चौधरी निशांत मालिक हाल यूके आप खुखा रिजवान अहमद खुखा हाल यूके चौधरी शिफाक यूके वसीम अरशद हाल यूके चौधरी हुसैन मनी साहब जी आनो सब बिस्मिल्लाह चौकी जाट चौकी जाट इनाम वसूल कर लिया चौकी जाट भाई बैठ गया सो तो जनाब ऋषि जी हाँ जी जुबार है जी लगा जी जुबार ने गंगा जी मेहरबानी करो जी इंतजामिया ने बोले जनाब आलो जी जो साई साहब आप फिर के नीचे साई साहब जी जी शौकी जाट आ जाओ जी शौकी जाट साहब अपना इनाम शुरू करो दस्ते मारक भाई ये बंदे हैं क्या आगे जी भाई बड़ा अच्छा माहौल पैदा किया जी जो साई साहब ने बाबा बाजूगिरी जनाबे राजा मुतजा खान आप बहुत ही साहब दस्ते मारक डाल आओ जनाबे चौधरी मनबर जगह साहब जी जी
जमीर पाट साहब ने जनाब टीम ना बड़ा कीमती सरमाया चौधरी जवान साहब जी जय आ रहा चौकी चट दिलवा जी 10000 रुपया ला जाए ना जनाब ए जनाब ए क्या हो गया असलान पुलिस इंतजामियों अंदर आ जाओ जी पुलिस इंतजामियों अंदर आ जाओ जी अगर तुसा इन थोड़ी सख्ती करसो बेहतरी उसी सी गवर्नमेंट ने जनाब हासिल हो सेवन आदमी को कसी ने चढ़ा हो जैसे जी मेहरबानी करसो जी जी ठीक है ठीक है बेहतर जी भाई जो पीछे पुत्र पीछे आ जाओ जी जी बराबर है जी जी ਵੀਜ਼ਾ ਤੇ ਦੇਸ਼ ਕੀ ਦੋਗੀ ਸ਼ਾਇਦ ਇਹਨੇ ਮੇਲਾ ਜੋੜਦਾ ਤਵਜੋ ਫਰਮਾਉਗੀ ਭਾਈ ਬਿਲਕੁਲ ਬੈ ਜੋ ਜੀ ਆਖਿਰ ਹੋਣੇ ਜੀ ਫੈਸਲਾ ਗੁਰੂ ਰਾਉਂਡ ਜਿੱਥੇ ਜਿੱਥੇ ਵੀ ਆਵਾ ਰਾਉਂਡ ਹੋ ਤੋ ਕਿ ਜੀ ਬੜਾ ਜਮਿਆ ਜੀ ਅਜੂਬ ਜਨਾਬ ਪਬਲਿਕ ਨਾ 9 ਲੱਖ ਦੇ ਜਨਾਬ ਮੁਕਾਬਲਾ ਜਾਰੀ ਹੈ ਦੋ ਰਾਉਂਡ ਮੁਕੰਮਲ ਹੋ ਗਏ ਜੀ बड़ी मेहरबानी जी चौधरी वीर जमान साहब राय साहब आजम खाड़े जनाब तशरीफ लाए यूके तो स्पेशल जनाब बड़े तू जी खामोशी करसो जी भाई खामोशी चकसवारी टीम जी जो साई साहब कहने खामोशी तो कुछ जुमन जिंदाबाद भाई तासब जिंदाबाद हाँ जी जिंदाबाद 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 जी भाई जबार आ जाओ जी जबार खामोशी करसो जी भाई बैठ जाओ जी जबार जी जमीर पाट साहब ना बड़ा जनाब कीमती है सासा जनाब ग्राउंड में मौजूद है चौधरी जबार साहब चुकुआ जनाब हर ग्राउंड निजी ने जनाब ये को रखो जी भाई देखा इस बंदे जनाब घर जाना पहन जाएगी राफरी साहब बचो ਇਹ ਕਾਲ ਕਰੋਗੇ ਜੀ ਅੰਪਿਆ ਸਾਹਿਬ ਤੁਹਾਡੀਆਂ ਬੜੀਆਂ ਸਵਾਰਸ਼ਾਂ ਕਾਲ ਕਰੋਗੇ ਜੀ ਜਾਵੇ ਜੀ ਉਹ ਇਹਦਾ ਖਦਾਨ ਵਾਸਤੇ ਬਈ ਜੋ ਪਿੱਛੇ ਕੀ ਤੱਕਣ ਜੋ ਬਈ ਜਾਓ ਪਿੱਛੇ ਇਹ ਪਤਾ ਕਿ ਦੋੜੀਏ ਜੀ ਵਿੱਚ ਮਸਜਿਦ ਦੇ ਕੇ ਕਰੀ ਜੀ ਜੀ ਅਸੀਸ ਸਾਹਿਬ हाँ
ਇਲਾਜ ਨਹੀਂ ਕੀਤਾ ਹੈ। ਉਹ ਜਜ਼ਬਾਤ ਵਿੱਚ ਖੜ ਸੀ। ਅਗਰਾਹ ਤੇ ਇੱਕ ਜ਼ਰੂਰੀ ਲਾਗ ਸੁਣਿਆ ਜੀ, ਜ਼ਮਾਨੇ ਭਰ ਕੇ ਲੋਗੋ ਸੇ ਮੁਹੱਬਤ ਮੇਰਾ ਮਸਲਕ ਹੈ, ਜ਼ਮਾਨੇ ਭਰ ਕੇ ਲੋਗੋ ਸੇ ਮਸਲਕ ਹੈ। ਕੋਈ ਬੰਦਾ ਦੌੜ ਕੇ ਵਿੱਚ ਨਾ ਅੱਛਾ ਜੀ, ਕੋਈ ਬੰਦਾ ਦੌੜ ਕੇ ਵਿੱਚ ਨਾ ਅੱਛਾ ਜੀ, ਅਗਰ ਪਲੇਅਰ ਪੈਗਾ ਤੇ ਰੈਫਰੀ ਅਦਾਨ ਨਾ। ਖਾਮੋਸ਼ੀ ਜੀ, ਖਾਮੋਸ਼ੀ ਭਾਈ, ਖਾਮੋਸ਼ੀ ਜੀ, ਮਿਹਰਬਾਨੀ ਕਰੋ ਜੀ, ਖਾਮੋਸ਼ੀ ਕਰੋ ਜੀ। ਮਿੱਠੂ ਥੋੜ੍ਹਾ ਜਿਹਾ ਦੂਰ ਹੋ ਜਾ, ਇਹਨਾਂ ਪਲੇਅਰ ਤੋਂ ਜਾ ਉੱਤੇ ਆ ਜਾਣ। ਪੁਲਿਸ ਇੰਤਜ਼ਾਮੀਆ ਜ਼ਿੰਦਾਬਾਦ ਜੀ, ਜ਼ਿੰਦਾਬਾਦ, ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਜੀ। ਇਨਸ਼ਾਅੱਲਾ ਇਹ ਸਭ ਲਾਦਿਆਂ ਜਨਾਬ ਚੌਧਰੀ ਮਦਰ ਸਾਹਿਬ, ਚੌਧਰੀ ਅਦਰ ਸਾਹਿਬ, 1000 ਪਾਉਂਡ ਜਨਾਬ ਇਸ 'ਤੇ ਇਨਾਮ ਰੱਖਿਆ ਜੀ। ਜਗ੍ਹਾ ਫੋਰਸ ਗਰੁੱਪ ਗਰੁੱਪ ਜਵਾਨੀ ਜਨਾਬ 1000 ਪਾਉਂਡ, ਬੜੀ ਮਿਹਰਬਾਨੀ। ਚੌਧਰੀ ਮਾਮੂ ਸਾਹਿਬ ਅਫਸਰ ਕੀ ਡੰਡਿਆਲ, ਚੌਧਰੀ ਉਮਰ ਸਾਹਿਬ ਬਰਲਾ ਬਲੋਨੀ, ਔਰ ਰਾਜਾ ਵਸੀਮ ਸਮੁੰਦਰ ਸਾਹਿਬ ਚੱਕਸਵਾਰੀ ਡਮਾਨ। ਚਲੇ ਜਾਓ, ਕੰਗਾ ਲਵਾ ਸਕਦੇ ਹੋ, ਯਾ ਚੌਧਰੀ ਰਾਸਫ ਸਾਹਿਬ, ਬਜ਼ੁਰਗ ਆਦਮੀ ਹੋ, ਇਨਸ਼ਾਅੱਲਾ ਕੋਈ ਮਮਾਨਤ ਨਹੀਂ ਤਾਂ ਅੱਗੇ। ਇਹ ਪਬਲਿਕ ਜਨਾਬ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਜਨਾਬ ਇਸ ਕੰਗੇ ਇੰਤਜ਼ਾਰ 'ਚ ਬੈਠੀ ਹੈ ਜੀ। ਇਨਾਮ 9 ਲੱਖ, ਸਲੋ ਜੀ, ਸਲੋ ਸਲੋ ਸਲੋ, ਬੜੀ ਖਾਮੋਸ਼ੀ ਜੀ, ਬੜਾ ਅੱਛਾ ਮਾਹੌਲ ਹੈ ਜੀ। ਜਿਤਨੇ ਮੁਸਲਮਾਨ ਭਰਾ ਕਲਮਾ ਪੜ੍ਹਨ ਵਾਲੇ ਜਨਾਬ ਬਿਲਕੁਲ ਨਾ ਉੱਠਿਆ ਕਰੇ, ਟਹਿ ਵੀ ਪੈਣ ਜ਼ਮੀਨ ਪਰ ਦੌਰਾਨ ਖੇਲ, ਬਿਲਕੁਲ ਜਨਾਬ ਸੀ ਕੋਸ਼ਿਸ਼ ਨਾ ਕਰਸੋ ਜਨਾਬ। ਚੌਧਰੀ ਸਾਜਿਦ ਸਾਹਿਬ ਔਰ ਚੌਧਰੀ ਨਾਸਰ ਸਾਹਿਬ ਜਨਾਬ ਕੰਟਰੋਲਰ ਹੋ ਸੋ ਜੀ, ਬਾਕੀ ਕੋਈ ਟੀਮ ਇਨਸ਼ਾਅੱਲਾ ਨਹੀਂ ਜਾਣ। ਖਾਮੋਸ਼ੀ ਕਰ ਸੋ ਜੀ ਭਾਈ, ਖਾਮੋਸ਼ੀ ਕਰ ਸੋ।
ਸਰਦਾਰ ਸਾਹਿਬ ਬਾਈ ਸਟੇਜ ਪਰ ਤਸ਼ਰੀਫ ਲੈ ਆਓ ਜੀ ਸਟੇਜ ਪਰ ਜਿਹੜੇ ਬਾਕੀ ਬੰਦੇ ਉੱਥੇ ਕੋਈ ਆਉਂਦੇ ਹੋ ਜੀ ਬਾਈ ਸਟੇਜ ਪਰ ਆ ਜਾਓ ਜੀ ਸਟੇਜ ਪਰ ਬਾਈ ਖਾਮੋਸ਼ੀ ਕਰਸੋ ਜੀ ਦੋਏ ਟੀਮਾਂ ਖਾਮੋਸ਼ੀ ਕਰਸੋ ਬਿਸਮਿਲ੍ਲਾਹ ਰਹਿਮਾਨ ਰਹੀਮ ਜਨਾਬ ਪੁਲਿਸ ਮਿਹਰਬਾਨੀ ਕਰੀ ਗਿਆ ਦਸਤਾ ਤੇ ਵੀ ਗਜ਼ਬ ਇਹ ਪੁਲਿਸ ਸਾਰੇ ਪਿਛਾ ਸੋ ਸਾਰਾ ਵੀ ਫੈਸਲਾ ਕੀਤਾ ਗਿਆ ਸਾਰੇ ਬੰਦੇ ਬਰਾਏ ਮਹਿਮਾਨੀ ਦੋ ਮਿੰਟ ਖਾਮੋਸ਼ ਹੋ ਜਾਓ ਜਮਸ਼ੈਦ ਸਾਹਿਬ ਮੁਖੀਦਾਰ ਸਾਹਿਬ ਅੰਦਰ ਪੁੱਛੋ ਜਿਹੜੇ ਤ੍ਰੈ ਜੱਜ ਸਾਹਿਬਾਨ ਉਹ ਵੀ ਇੱਥੇ ਉੱਪਰ ਆਈ ਜਾਓ ਇਹਨਾਂ ਉਲੱਗਿਆ ਨਾ ਜੇ ਮਿਹਰਬਾਨੀ ਕਰਿਆ ਯਾਰ ਚੁੱਪ ਕਰ ਜਾਓ ਫੈਸਲਾ ਸੁਣਾਉਣ ਲੱਗੇ ਚੁੱਪ ਕਰ ਜਾਓ ਮੂਵੀ ਮੇਕਰਾਂ ਕੋਲ ਕੁਛ ਨਹੀਂ ਅਗਰ ਫਿਲਮ ਹੈ ਉਹ ਸਟੇਜ ਪਰ ਆਈ ਹੈ ਜਿਸਨੇ ਕੋਲ ਉਸ ਆਖਰੀ ਹੱਥ ਨਹੀਂ ਹੋਣ ਵਾਲੇ ਨਹੀਂ ਅਗਰ ਮੂਵੀ ਹੈ ਉਹ ਸਟੇਜ ਪਰ ਆਈ ਹੈ ਔਰ ਟੋਪਲੇ ਨੇ ਵੀ ਆਖਿਆ ਸੀ ਜੋ ਫੈਸਲਾ ਇੱਕ ਅਸਲ ਸਹੀ ਪੁੱਜਣੀ ਹੈ ਇਸ ਵਾਸਤੇ ਪਲੀਜ਼ ਦੋ ਮਿੰਟ ਦਿਓ ਨੇ ਇਹ ਕੋਈ ਹੱਕਮੀ ਫੈਸਲੇ ਪੁੱਜੀ ਹੈ ਤਾੜੀਆਂ ਮਾਰ ਰਹੇ ਚੁੱਪ ਮਾਰ ਰਹੇ ਹੋ ਬਰਾਬਰ ਕਰਨੇ ਜਗਰਾ ਵੀ ਬਰਾਬਰ ਕਰ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਹਜ਼ਰਾਤ ਮਿਹਰਬਾਨੀ ਹੈ ਤੁਸਾਂ ਨੇ ਸਿਰਫ ਚਾਰ ਪੰਜ ਮਿੰਟ ਜਿਹੜਾ ਨਾ ਹੋਰ ਲਗਨ ਸੁਣਿਆ ਹੈ ਤ੍ਰੈ ਜੱਜ ਦੋਏ ਰੈਫਰੀ ਫਿਲਮਾਂ ਵੀ ਤੱਕੀਆਂ ਨੂੰ ਤੈਅ ਉੱਥੇ ਅਸਾਂ ਕੀ ਕੁਝ ਟਾਈਮ ਵਾਸਤੇ ਤੱਕਿਆ ਅਤੇ ਕੁਝ ਟਾਈਮ ਵਾਸਤੇ ਤੁਸਾਂ ਪਬਲਿਕ ਅਸੀਂ ਕੁਝ ਨਹੀਂ ਤੱਕਣ ਦਿੱਤਾ ਦੇਖੋ ਜੀ ਇਸ ਜਿਸ ਤਰ੍ਹਾਂ ਦੁਨੀਆਂ ਵਿੱਚ ਹੋਰ ਖੇਲਾਂ ਨੂੰ ਪੀੜ੍ਹੀ ਵੀ ਇੱਕ ਖੇਲ ਹੈ ਮੈਂ ਸਮਝਣਾ ਬਾਈ ਇਤਨਾ ਖਰਚਾ ਹੋਇਆ ਤੁਸਾਂ ਕੀ ਸ਼ੁਗਰ ਦੱਸਣੇ ਮਾਰਿਆ ਤੁਸਾਂ ਬੜੇ ਅਮਨ ਅਮਾਨ ਨਾਲ ਬੈਠੇ ਰਹੇ ਹੋ ਮਗਰ ਆਖਰੀ ਟਾਈਮ ਜਿਹੜਾ ਨਾ ਉਹ ਖਿਲਾੜੀ ਖੇਡ ਕਰੀ ਰਹੇ ਸੀ ਤੁਸਾਂ ਸਾਰੇ ਉੱਪਰ ਚੜੀ ਗਏ ਹੋ ਠੀਕ ਹੈ ਜੀ ਅਸਾਂ ਬੜੀ ਡਿਸਕਸ਼ਨ ਕੀਤੀ ਹੈ ਇਸ ਹਵਾਲੇ ਨਾਲ ਸਾਡਾ ਮੁਤਫਿਕਾ ਫੈਸਲਾ ਇਹ ਆ ਔਰ ਮੈਂ ਗੁਜ਼ਾਰਿਸ਼ ਕਰਸਾਂ ਜਿਹੜੇ ਟੀਮਾਂ ਨੇ ਸਰਬਰਾਹ ਨੂੰ ਸ਼ਾਇਦ ਕੁਛ ਕੀ ਗੱਲ ਨਾ ਚੰਗੀ ਲੱਗਣੀ ਵੈ ਮਗਰ ਇਹ ਮੁਤਫਿਕਾ ਫੈਸਲਾ ਹੈ ਦੋ ਰੈਫਰੀਆਂ ਨਾਲ ਤ੍ਰਿਆਂ ਜੱਜਾਂ ਨਾਲ ਕਿ ਅਸਾਂ ਦੋਵਾਂ ਪਹਿਲਵਾਨਾਂ ਕੀ ਬਰਾਬਰ ਕਰਨੇ ਪਰ ਤੁਸਾਂ ਸਾਡਾ ਵਾਅਦਾ ਕੀਤਾ ਵਾ ਕਿ ਜਿਹੜੇ ਰੈਫਰੀ ਤੇ ਜੱਜ ਫੈਸਲਾ ਕਰਸਨ ਉਹ ਮਨਜ਼ੂਰ ਹੈ ਮਗਰ ਮਗਰ ਅਗਰ ਬੰਦੇ ਉੱਪਰ ਨਾ ਚੰਨੇ ਨਾ ਤਾਂ ਫਿਰ ਫੈਸਲਾ ਸ਼ਾਇਦ ਕਲੀਅਰ ਹੋਰ ਵੈ ਹੁਣ ਅਸੀਂ ਵੀ ਤੁਸੀਂ ਵੀ ਦੱਸੋ ਕਿ ਬੰਦੇ ਉੱਪਰ ਖਿਲਾੜੀਆਂ ਨੇ ਚੜੀ ਕੇ ਰੈਫਰੀ ਤੱਕੀ ਨਹੀਂ ਸਕੇ ਜੱਜ ਤੱਕੀ ਨਹੀਂ ਸਕੇ ਧੱਕੇ ਮੁੱਕੇ ਖਾਣੇ ਨੇ ਉਹ ਕਿਆ ਫੈਸਲਾ ਕਰਨ ਜੀ ਪਲੀਜ਼ 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 ਪਲੀਜ਼
پبلک نہیں چلتا بالکل پبلک کیا اچھا جی تو کیا ماری کر ری میچ ہونا چاہیے نا بالکل بالکل دیکھو میٹنگ ہوئی ہے ڈبلیو بی نی ڈبلیو بی اے ایف نی ٹھیک ہے اتھے ایک گل انہاں سارے ججاں ریفری آخیا سی کہ ایمان قرآن پر فیصلہ ہو سی ٹھیک ہے اتھے جسلے جج تے ریفری اوپر آئے میں تے وچاں میں خود سن لگے ہاں راج جمشید صاحب تے شاہ صاحب انہاں چھنڈ وسیم کی ڈاڈا دتا ہے دویا ججاں جنہاں دو دو چھنڈا تک ہی ہو بائی فورس فیصلہ کرایا گیا کہ برابر کرو ٹھیک ہے انہاں ججاں حضرات سنو جی سنو سنا جی اے سنا جی پلیز فیصلہ ایک گل پلیز پلیز دو چار منٹ چودھری ساجد صاحب گل کیتی ہے انہاں بالکل تقریباً تقریباً ٹھیک گل کیتی ہے مگر ایک جگہ تھوڑے جے وہ تھڑے نو وہ میں تو صحیح سمجھانا اسا پوری زندگی نہ کھیلا چاہیے گی ہے اتھے ہی بیٹھے رہے اتھے ہی دیکھو مکی یہ گل مجبوراً آخنی پے گی دیکھو جڑا ساجد صاحب گل کیتی نا بھائی دوے ریفری ایک چھڈ اپر کرنے چاہے سنو اسی کوئی شک نہیں کہ وسیم پہلے ہاتھوں چھڈ اپر ہے اسی کوئی شک نہیں آخری ہاتھوں کی گل کر رہا میری گل ختم کر دیو نا تو پھر تو گل کر دے رہا وسیم جیڑی بانہ پوڑی ہے ساجد یعنی عمر نے وہ جناب اتنے مطلب ہے ٹائم سنا ہوں صحیح یاد نہیں رہا نہ جی عمر بہ پوڑی نے ایک منٹ 38 سیکنڈ بعد کلیئر ہوئی ہے جہی وسیم پوڑی ہے نا وہ بہت پہلے ختم ہوئی گئی ہے اصا وہ بھی کاؤنٹ نہ کر رہے ہیں اصا وہ بھی نہ کاؤنٹ کر رہے کی آنا بھائی بندے اوپر چڑھی گئے لہذا اصا بندے کی فالٹ کر رہے ہیں بھائی تصا ان کھلاڑیوں کی کیوں خجل کیا میں گزارش کر رہا کہ اصا اے دا جج جج اچھا دوستو ایک منٹ ماری سنو گل میں اپنا موقف تسا سارے اگے پہنچایا نا کہ ریفری نے فیصلہ کیا سی ریفری سرے نے اپر رے جج جڑے سن وہ دو چھنڈا یا ایک چھنڈ انہیں تکی ہے کوئی جج آنا میں ایک تکی ہے کوئی آنا دو تکیاں ٹھیک ہے چونکہ یہ خرابی کچھ کیتی ہے تسا جی ہوں دوائی بنے ہو ٹھیک ہے انہیں اتنے کلمہ پڑھی تو یہ گل آ گئی سی کہ اساں ایمان نہ فیصلہ کر سا اگر آجی صاحب نے ایمان نہ فیصلہ تو یہ شکریہ جناب ان ری میچ ہو سی ان شاء اللہ پھر ری میچ ہو سی انہوں نے یہ دوے برا دوے چنگے کھلاڑی
ਦੋਵੇਂ ਚੰਗੇ ਖਿਡਾਰੀ ਹੈ ਸਾਰੇ ਬਰਾਬਰ ਤੇ ਜਨਾਬ ਦੋਵਾਂ ਜਿਹੜੀਆਂ ਕਿ ਸਾਰੀ ਤਰਫੋਂ ਮੁਬਾਰਕਬਾਦ ਇਹ ਚੰਗਾ ਖੇਲ ਹੋਇਆ ਵਾਮ ਖਰਾਬ ਕੀਤਾ ਚੌਧਰੀ ਸਾਜਿਦ ਸਾਹਿਬ ਸਾਰਿਆਂ ਦੀ ਤਰਫੋਂ ਮੁਬਾਰਕ ਹੈ ਦੋਵਾਂ ਜਿਹੜੀਆਂ ਕਿ ਕਮੇਟੀ ਕੀ ਵੀ ਹਾਂਜੀ ਹਾਂਜੀ ਓਏ ਹੈਲੋ ਕਸਮ ਨੇ ਇਹਨਾਂ ਸਾਰੇ ਚੁੱਪ ਜਾਓ ਅੱਜ ਤਮਾਸ਼ਾ ਸੋ ਸਹੀ ਪਬਲਿਕ ਦੱਸਿਆ ਦੋ ਖਿਡਾਰੀਆਂ ਕੀ ਖੱਜਲ ਕੀਤਾ ਨੇ ਦੋ ਮਿੰਟ ਗੱਲ ਤਾਂ ਸੁਣੀ ਕਰੋ ਗੱਲ ਤਾਂ ਸੁਣੀ ਕਰੋ ਹੈਲੋ ਇੰਨਾ ਵਸੀਮ ਔਰ ਉਮਰ ਉਮਰ ਜੀ ਅੱਛਾ ਸਾਹਮਣੇ ਅੱਜ ਤੁਸੀਂ ਜ਼ਿਆਦੀ ਕੀਤੀ ਪਬਲਿਕ ਕੀਤੀ ਸੌਣ ਜਵਾਨ ਹਨ ਸਾਰੇ ਫਿਊਚਰ ਹਨ ਆਹ ਦੋਏ ਇਕੱਠੇ ਕਰਦੇ ਵੇ ਮਾਰੋ ਅੱਛਾ ਉਮਰ ਇਹ ਉਮਰ ਜੀ ਦੋਰਾ ਹੀ ਗਏ ਲੈ ਅੱਛਾ ਤੁਸੀਂ ਦੋਏ ਉਸ ਰਾਜਪੁਰ ਦੇ ਲੱਖਾਂ ਮਾਰੋ ਬਸ ਬਸ ਹੈਂਡਸ਼ੇਕ ਬਸ